ਅਸਲਾਮ ਅਲੈਕੁਮ, ਸਤਿ ਸ਼੍ਰੀ ਅਕਾਲ। ਮੈਂ ਸ਼ਫਕਤ ਅਵਾਨ, ਐਡਵੋਕੇਟ, ਤੁਹਾਡੇ ਨਾਲ ਹਾਜ਼ਰ ਹਾਂ। ਮੈਂ ਅੱਜ ਬੈਠਾ ਜੀ ਰਾਓ ਸ਼ਹਿਬਾਜ਼ ਐਡਵੋਕੇਟ ਹਾਈ ਕੋਰਟ ਦੇ ਚੈਂਬਰ 'ਤੇ। ਇੱਥੇ ਮੇਰਾ ਗੁਜ਼ਰ ਹੋਇਆ ਅਤੇ ਮੈਂ ਦੇਖਿਆ ਇੱਕ ਬਜ਼ੁਰਗ ਬੈਠੇ ਸੀ ਇੱਥੇ। ਉਹ ਮੈਂ ਪੁੱਛਿਆ ਇਹਨਾਂ ਕੋਲੋਂ ਕਿ ਬਜ਼ੁਰਗ ਕਿਹੜੇ ਨੇ, ਉਹਨਾਂ ਨੂੰ ਇੰਡੀਆ ਦਾ ਪਾਰਟੀਸ਼ਨ ਦਾ ਪਤਾ ਵੇ, ਕਿੰਨੀ ਉਮਰ ਸੀ। ਅਤੇ ਉਹਨਾਂ ਨੇ ਦੱਸਿਆ ਜੀ ਕਿ ਜੀ ਮੇਰੀ, ਮੈਂ 6ਵੀਂ 7 ਜਮਾਤਾਂ ਪਾਸ ਸੀ ਅਤੇ ਮੈਨੂੰ ਪਤਾ ਵੇ ਉੱਥੇ ਦਾ। ਅਤੇ ਇਹ ਸਾਡੇ ਰਾਓ ਸ਼ਹਿਬਾਜ਼ ਸਾਹਿਬ ਵੀਰ ਸਾਡੇ ਨਜ਼ਰ ਆ ਰਹੇ ਸਾਹਮਣੇ ਬੈਠੇ, ਅਤੇ ਇਹ ਨਾਲ ਬੈਠੇ ਨੇ ਜੀ ਹਕੀਮ ਸਾਹਿਬ। ਅਤੇ ਇਹਨਾਂ ਨਾਲ ਅਸੀਂ ਹੁਣ ਕਿਹੜੀਆਂ ਨਾ ਉੱਥੇ ਦੀਆਂ ਪਾਰਟੀਸ਼ਨ ਤੋਂ ਪਹਿਲੇ ਦੀਆਂ ਗੱਲਾਂ ਕਰਾਂਗੇ, ਅਤੇ ਆਓ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹੈਗੇ। ਹਾਂਜੀ, ਕੀ ਹਾਲ ਚਾਲ ਜੀ ਤੁਹਾਡਾ? ਅੱਲਾ ਦਾ ਸ਼ੁਕਰ ਜਨਾਬ। ਅਤੇ ਕਿੱਥੇ ਰਹਿੰਦੇ ਤੁਸੀਂ ਜੀ ਅੱਜ ਕੱਲ੍ਹ, ਘਰ ਕਿੱਥੇ ਤੁਹਾਡਾ? 59-12 ਅਤੇ ਤਹਿਸੀਲ ਅਤੇ ਜ਼ਿਲ੍ਹਾ ਆਪਣਾ? ਹਾਂਜੀ ਹਾਂਜੀ, ਇੱਥੇ ਦਾ 59-12 ਦਾ 49 ਜ਼ਿਲ੍ਹਾ ਉਕਾੜ। 49 ਜੀ ਤੁਹਾਡਾ ਘਰ ਹੈ ਨਾ ਜੀ? ਅੱਛਾ, ਅਤੇ ਤੁਹਾਡਾ ਨਾਂ ਕੀ ਹੈ ਜੀ? ਮੁਸ਼ਤਾਕ ਅਹਿਮਦ। ਮੁਸ਼ਤਾਕ ਅਹਿਮਦ। ਅਤੇ ਵਾਲਿਦ ਸਾਹਿਬ ਦਾ ਕੀ ਨਾਂ? ਸਾਦਿਕ ਅਲੀ। ਸਾਦਿਕ ਅਲੀ। ਅਤੇ ਪਾਕਿਸਤਾਨ ਬਣਨ ਤੋਂ ਪਹਿਲਾਂ ਤੁਸੀਂ ਕਿੱਥੇ ਰਹਿੰਦੀ ਸੀ ਤੁਹਾਡੀ ਫੈਮਿਲੀ ਖਾਨਦਾਨ? ਜਲੰਧਰ ਦੇ ਕੋਲ ਇੱਕ ਕਸਬਾ ਸੀਗਾ, ਸ਼ਹਿਰ ਤਲਵਣ, ਉੱਥੇ ਮੈਂ ਪੜ੍ਹਦਾ ਸੀਗਾ। ਕਿਹੜਾ ਸ਼ਹਿਰ ਸੀਗਾ ਜੀ? ਤਲਵਣ ਸ਼ਹਿਰ। ਤਲਵਣ ਸ਼ਹਿਰ। ਅਤੇ ਤੁਹਾਡੇ ਪਿੰਡ ਦਾ ਕੀ ਨਾਂ ਸੀਗਾ? ਨੂਰ ਮਹਿਲ ਦੇ ਕੋਲ ਸੀਗਾ। ਤੁਹਾਡੇ ਪਿੰਡ ਦਾ ਨਾਂ ਕੀ ਸੀ? ਰਾਜੋਵਾਲ। ਰਾਜੋਵਾਲ। ਅਤੇ ਉਹਦਾ ਤਹਿਸੀਲ ਅਤੇ ਜ਼ਿਲ੍ਹਾ ਜਲੰਧਰ ਹੀ ਸੀਗਾ ਜੀ? ਜ਼ਿਲ੍ਹਾ ਜਲੰਧਰ, ਤਹਿਸੀਲ ਨਕੋਦਰ। ਨਕੋਦਰ, ਤਹਿਸੀਲ ਨਕੋਦਰ, ਠੀਕ ਹੋ ਗਿਆ ਜੀ। ਅੱਛਾ, ਅਤੇ ਆਪਣੀ ਕਿਹੜੀ ਫੈਮਿਲੀ, ਕਿਹੜਾ ਖਾਨਦਾਨ ਆਪਣਾ? ਚੌਹਾਨ ਆ ਜੀ। ਚੌਹਾਨ ਜੀ। ਅੱਛਾ, ਠੀਕ ਹੋ। ਕਿੰਨੀ ਉਮਰ ਸੀ ਤੁਹਾਡੀ ਕਦੋਂ ਪਾਕਿਸਤਾਨ ਬਣਿਆ? ਮੈਂ 6 ਜਮਾਤਾਂ ਹਿੰਦੁਸਤਾਨ 'ਚ ਪਾਸ ਕੀਤੀਆਂ। 6 ਜਮਾਤਾਂ ਜੀ, ਤੁਸੀਂ ਲਾ ਲਓ 10। ਅੱਛਾ, 6, 5, 11, 12 ਸਾਲ ਦੇ ਹੋਵੋਗੇ ਤੁਸੀਂ? 12-13 ਸਾਲ ਦੇ ਹੋਵੋਗੇ ਨਾ, 7 ਸਾਲ ਦਾ ਲੱਗਦਾ ਸੀ ਬੰਦਾ। ਅੱਛਾ ਜੀ, 7 ਸਾਲ ਦਾ ਹੋ ਕੇ ਪੜ੍ਹਨ ਲੱਗਦਾ? ਪੜ੍ਹਨ ਲੱਗਦਾ ਸੀ। ਅੱਛਾ, ਅਤੇ ਤੁਹਾਡੇ ਪਿੰਡ ਸਕੂਲ ਨਹੀਂ ਸੀ ਹੈਗਾ ਜੀ? ਨਹੀਂ। ਅੱਛਾ, ਕਿੰਨੀ ਕੁ ਦੂਰ ਸੀਗਾ ਕਿੱਥੇ ਸਕੂਲ ਸੀਗਾ? 7-2 ਮੀਲ ਬਾਹਰ ਸੀ। 2.5 ਮੀਲ ਦੂਰ ਸੀਗਾ ਜੀ। ਤੁਸੀਂ ਸਾਈਕਲ 'ਤੇ ਜਾਂ ਪੈਦਲ ਜਾਂਦੇ ਸੀਗੇ? ਨਹੀਂ ਜੀ, ਸਾਈਕਲ ਕਿੱਥੋਂ, ਪੈਦਲ ਹੀ ਜਾਂਦੇ ਸੀ। ਹੋਰ ਵੀ ਲੜਕੇ ਮੇਰੇ ਨਾਲ ਸੀ ਕਾਫੀ। ਅੱਛਾ, ਹਿੰਦੂਆਂ ਦੇ ਲੜਕੇ ਵੀ ਸੀ ਮੇਰੇ ਨਾਲ ਪੜ੍ਹਦੇ। ਅੱਛਾ, ਤੁਸੀਂ ਆਪਾਂ ਹਿੰਦੂਆਂ ਦੀ ਉਹਨਾਂ ਦੀ ਗੱਲਬਾਤ 'ਚ ਕਰਦੇ, ਤੁਹਾਡੇ ਪਿੰਡ ਦੇ ਨਾਲ ਦੇ ਪਿੰਡਾਂ ਦੇ ਕੋਈ ਨਾਂ ਨੂੰ ਯਾਦ ਆ ਤੁਹਾਨੂੰ? ਉਹ ਕਿਸ਼ਨਪੁਰਾ ਕੋਈ ਹੋਰ ਪੁੱਛੇ, ਮੂੰਹ ਤਾਂ ਭੱਲੀ ਭੱਲ ਗਿਆ, ਕਾਫੀ ਅਰਸਾ ਹੋ ਗਿਆ ਵਾ। ਅੱਛਾ, ਸਮਝ ਕੋਈ ਯਾਦ ਨਹੀਂ ਨਾਲ ਦਾ ਪਿੰਡ? ਨੂਰ ਮਹਿਰ। ਅੱਛਾ, ਨੂਰ ਮਹਿਰ ਸੀਗਾ ਨਾ, ਉਹ ਇੱਕ ਸ਼ਹਿਰ ਸੀਗਾ। ਅੱਛਾ, ਨਕੋਦਰ ਜਿਹੜਾ ਸੀਗਾ ਉਹ ਵੀ ਇੱਕ ਸ਼ਹਿਰ ਸੀਗਾ, ਤਹਿਸੀਲ ਸੀ ਨਾ, ਤਹਿਸੀਲ ਸੀ, ਉਹਨੂੰ ਵੀ ਮੈਂ ਜਾਣਦਾ ਸੀ ਨਾ। ਅੱਛਾ, ਬਈ ਇੱਥੇ ਮੈਂ ਆਪਣੇ ਅੱਬਾ ਜੀ ਨਾਲ ਗਿਆ ਸੀਗਾ। ਅੱਛਾ, ਹਾਂਜੀ, ਸਹੀ। ਅੱਛਾ, ਅਤੇ ਤੁਸੀਂ ਕਿਹੜਾ 6 ਸਾਲ ਉੱਥੇ ਪੜ੍ਹਦੇ ਰਹੇ ਹੋ ਸਕੂਲੇ ਜੀ? ਉੱਥੇ ਤੁਹਾਡੇ ਨਾਲ ਕਿਹੜੇ ਸੀ, ਹਿੰਦੂ, ਮੁਸਲਮਾਨ, ਸਿੱਖ? ਇਕੱਠੇ ਪੜ੍ਹਦੇ ਸੀ ਅਸੀਂ, ਇਕੱਠੇ ਪੜ੍ਹਦੇ ਸੀ ਜੀ। ਜਦੋਂ ਅਸੀਂ ਪਾਕਿਸਤਾਨ ਨੂੰ ਆਉਣ ਲੱਗੇ ਨਾ ਜੀ, ਜੀ ਉਹ ਲੜਕੇ ਮੈਨੂੰ ਜੱਫੇ ਪਾ ਰੋਂਦੇ ਸੀ। ਅੱਛਾ, ਕੀ ਕੋਈ ਨਾਂ ਨੂੰ ਤੁਹਾਡੇ ਜਮਾਤੀਆਂ ਦੇ ਕੀ ਸੀਗੇ ਕੋਈ ਯਾਦ ਤੁਹਾਨੂੰ? ਉਹ ਰਾਮ ਲਾਲ ਤਾਂ ਕੋਈ ਇਹੋ ਜਿਹਾ ਨਾਂ, ਕਈਆਂ ਨਾਂ ਸੀ, ਕੋਈ ਯਾਦ ਹੋਣਗੇ ਕੋਈ? ਨਹੀਂ ਯਾਦ ਨਹੀਂ ਹੋ, ਮੈਨੂੰ ਕਾਫੀ ਅੱਗੇ ਦੋਸਤ ਸੀ ਉਹਨਾਂ ਦੇ। ਅੱਛਾ, ਤੇ ਕੋਈ ਟੀਚਰ ਕੋਈ ਤੁਹਾਡੇ ਕਿਹੜੇ ਸੀ, ਉਹਨਾਂ ਦੇ ਕੋਈ ਨਾਂ ਯਾਦ ਹੋਣ? ਉਸਤਾਦ ਕਿਹੜੇ ਸੀ ਪੜ੍ਹਾਉਣੇ ਵਾਲੇ? ਮਾਸਟਰ, ਹਾਂਜੀ, ਇੱਕ ਨਾਂ ਸੁਲਤਾਨ ਸ਼ਾਹ ਸੀ। ਅੱਛਾ ਜੀ, ਇੱਕ ਆਰਫ ਸੀ। ਅੱਛਾ, ਉਹ ਕਿੱਥੇ ਦੇ ਰਹਿਣੇ ਵਾਲੇ ਸੀਗੇ? ਉਹ ਤਲਵਣ ਸ਼ਹਿਰ ਦੇ। ਉਹ ਸ਼ਹਿਰ ਦੇ ਸੀ ਦੋਸਤ, ਟੀਚਰ ਹੀ ਸੀ ਤੁਹਾਡੇ ਸਕੂਲ 'ਚ? ਨਹੀਂ, ਉਹ ਦਸਾਂ ਜਮਾਤਾਂ ਸਕੂਲ ਸੀ, ਟੀਚਰ ਤਾਂ ਕਾਫੀ ਸੀ ਨਾ। ਅੱਛਾ, ਅੱਛਾ, ਅਤੇ ਤੁਹਾਡੇ ਪਿੰਡ ਦੇ ਵਿੱਚ ਮੁਸਲਮਾਨਾਂ ਤੋਂ ਇਲਾਵਾ ਹੋਰ ਕੌਣ ਕੌਣ ਰਹਿੰਦਾ ਸੀਗਾ? 2 ਘਰ ਹਿੰਦੂਆਂ ਦੇ ਸੀ। ਅੱਛਾ, ਬਸ ਹੋਰ ਸਭ ਮੁਸਲਮਾਨ ਹੀ ਸੀ, ਬਾਕੀ ਸਾਰੇ ਮੁਸਲਮਾਨ ਸੀ। ਉਹਦਾ ਯਾਦ ਹੈ ਕੋਈ ਨਾਂ ਨੂੰ ਉਹਨਾਂ ਦੇ, ਉਹ ਕਿਹੜੇ ਹਿੰਦੂ ਸੀ? ਹਿੰਦੂਆਂ ਦੇ, ਹਾਂ,
ਨਹੀਂ ਹੁਣ ਯਾਦ ਤਾਂ ਨਹੀਂ ਕਿ ਨਾਂ ਹੈਗੇ, ਕਈਆਂ ਦੇ ਬੱਚਿਆਂ ਦੇ ਨਾਂ ਸੀ, ਇਕੱਠੇ ਪੜ੍ਹਦੇ ਰਹੇ ਹਾਂ, ਉਹਨਾਂ ਦੇ ਕੋਈ ਨਾਂ ਨਹੀਂ ਯਾਦ, ਕੋਈ ਰਾਮ ਪ੍ਰਸ਼ਾਦ ਤਾਂ ਕੋਈ ਹੋਰ ਕੋਈ ਹੋਈ, ਕਈ ਨਾਂ ਸੀ ਉਹਨਾਂ ਦੇ। ਅੱਛਾ, ਮੈਂ ਨਾ ਹਕੀਮ ਸਾਹਿਬ ਇਸ ਲਈ ਪੁੱਛਦਾ ਵਾਂ ਕਿ ਤੁਸੀਂ ਮਾਸ਼ਾਅੱਲਾ ਹਯਾਤ ਹੈਗੇ ਆ, ਅੱਲਾ ਤੁਹਾਨੂੰ ਜ਼ਿੰਦਗੀ ਲੰਬੀ ਜ਼ਿੰਦਗੀ ਦੇਵੇ ਸਿਹਤ ਨਾਲ, ਇਸੇ ਤਰ੍ਹਾਂ ਹੀ ਹੋ ਸਕਦਾ ਉਹ ਕਿਹੜੇ ਤੁਹਾਡੇ ਬੇਲੀ, ਤੁਹਾਡੇ ਕਲਾਸ ਫੈਲੋ, ਤੁਹਾਡੇ ਪਿੰਡ ਦੇ ਰਹਿਣੇ ਵਾਲੇ ਆ, ਉਹ ਜ਼ਿੰਦਾ ਹੋਣ ਉਹ ਵੀ, ਅਤੇ ਉਹ ਤੁਹਾਡੇ ਨਾਲ ਕਦੋਂ ਇਹ ਵੀਡੀਓ ਬਣ ਜਾਂਦੀ ਹੈ ਨਾ, ਅਪਲੋਡ ਹੁੰਦੀ ਆ, ਲੋਕ ਰਾਬਤਾ ਕਰਦੇ ਉੱਧਰੋਂ। ਦੇਖੋ ਜੀ, ਮੈਂ ਇਹ ਕਹਿੰਦਾ ਕਿ ਅਗਰ ਤੁਸੀਂ ਆਪਣੇ ਹਾਫਜ਼ੇ 'ਤੇ ਥੋੜ੍ਹੇ, ਮੈਂ ਇਹ ਗੱਲ ਕਹਿ ਰਿਹਾ ਜੀ, ਜਿਸ ਵੇਲੇ ਮੈਂ ਇੱਥੇ ਆਇਆ ਅਤੇ ਉੱਥੇ ਬੀ ਏ ਸੀ ਆ ਆਪਣਾ ਹਕੀਮ ਇੱਕ, ਅੱਛਾ ਜੀ, ਮੈਂ ਦਾੜੀ ਦਾੜੀ ਕੋਈ ਨਹੀਂ ਸੀ, ਉਹਨੇ ਕਹੀ ਜਾਂ ਦਾੜੀ ਲੈਣ ਦਾ, ਮੈਨੂੰ ਰੋਸ ਕੰਦਰ ਦਾ ਜਿਹੜਾ ਸੀ ਨਾ ਭਤੀਜਾ, ਉਹ ਮੈਨੂੰ ਲੈ ਕੇ ਆਇਆ ਸੀਗਾ, ਮੈਂ ਜੇ ਮੁਨਾਜ਼ਰਾ ਕਰਨਾ ਜੀ, ਫਲਾਨਾ ਕਰਨਾ, ਢਿਉਂਕਣਾ, ਮੈਂ ਕਿਹਾ ਤੁਸੀਂ ਉਸਤਾਦ ਹੋ, ਮੈਂ ਸ਼ਗਿਰਦਾਂ, ਉਹਨੇ ਕਿਹਾ ਨਹੀਂ ਜੀ ਤੁਹਾਡੀ ਉਮਰ ਦੇ ਮੁਤਾਬਕ ਮੁਨਾਜ਼ਰਾ ਕਰਨਾ, ਮੈਂ ਕਿਹਾ ਗੁੱਸਾ ਆਇਆ, ਉਹ ਮੈਨੂੰ ਕਹਿਣਗੇ ਯਾਰ ਕਰ ਮੁਨਾਜ਼ਰਾ ਕਰ, ਮੈਂ ਕਰੋ ਜੀ, ਮੈਂ ਕਿਹਾ ਡਾਬੇ ਪਹਿਲੇ ਤੂੰ ਮੇਰੀ ਨਵੀਂ ਦੇਖ, ਬਾਅਦ 'ਚ ਮੈਂ ਤੇਰੀ ਨਵੀਂ ਦੇਖਾਂਗਾ, ਮੈਂ ਡਾਬੇ ਦਿਖਾਈ, ਉਸ ਵੇਲੇ ਮੈਂ ਟੈਟ ਪੈਟ ਸੀਗਾ, ਉਹਨੇ ਕਹੀ ਵੀ ਠੀਕ ਆ ਜੀ, ਮੈਨੂੰ ਦਿਖਾਈ ਨਵਦ, ਮੈਂ ਕਿਹਾ ਗੱਲ ਸੁਣ, ਹਸਦ ਨਹੀਂ ਕਰ ਰਿਹਾ, ਹੌਲੀ ਮੈਂ ਸਵਾਲ ਕਰਤਾ, ਅੱਲਾ ਪਾਕ ਨੇ ਕਬੀਨਾ ਦਿੱਤੀ ਆ, ਹਿੰਦੂ ਕੋ ਮੁਸਲਮਾਨ ਕੋਈ ਸ਼ਾਇਦ ਛੱਡੀ, ਉਹਦਾ ਕਬੀਨਾ ਕਿਹੜੀ ਆ, ਦੱਸ ਨਹੀਂ ਸਕਿਆ, ਕੋਈ ਹਕੀਮ ਵੀ ਦੱਸ ਦਿਓ, ਉਹ ਜਲਦੀ ਨਹੀਂ ਦੱਸ ਸਕਦਾ, ਇਨਸ਼ਾਅੱਲਾ ਤਾਲਾ ਅੱਲਾ ਦੀ। ਅੱਛਾ ਨਹੀਂ, ਉਹ ਹਕੀਮ ਸਾਹਿਬ ਬਾਅਦ 'ਚ ਗੱਲਾਂ ਕਰਾਂਗੇ, ਕਦੋਂ ਤੁਸੀਂ ਹਕੀਮ ਬਣ ਜਾਓਗੇ ਨਾ ਪਾਕਿਸਤਾਨ 'ਚ, ਉਦੋਂ ਤੁਹਾਡੇ ਨਾਲ, ਮੈਂ ਇਹ ਕਹਿੰਦਾ, ਸੋਰੀ, ਮੈਂ ਕਹਿੰਦਾ ਕਿ ਕਦੋਂ ਤੁਸੀਂ ਉੱਥੇ ਰਹਿੰਦੇ ਸੀ, ਉਹ ਦੋ ਹਿੰਦੂਆਂ ਦੇ ਘਰ ਸੀਗੇ, ਸਾਡੇ ਪੈਸੇ ਦੋ ਪੈਂਦੇ ਦੋ ਸੀ, ਉਹਨਾਂ ਦੇ ਨਾਂ ਨਹੀਂ ਯਾਦ ਤੁਹਾਨੂੰ? ਨਾ ਮੈਨੂੰ ਹੁਣ ਯਾਦ ਨਹੀਂ, ਕਾਫੀ ਅਰਸਾ ਹੋ ਗਿਆ। ਉਹ ਕੰਮ ਕੀ ਕਰਦੇ ਸੀਗੇ? ਕੌਣ? ਉਹ ਹਿੰਦੂ ਕਿਹੜੇ ਸੀ, ਕੋਈ ਯਾਦ ਹੈ ਕੀ ਕੰਮ ਕਾਰ ਕੀ ਕਰਦੇ ਸੀ ਉਹਨਾਂ ਦੇ ਵੱਡੇ ਕਿਹੜੇ ਸੀਗੇ? ਦੁਕਾਨਾਂ ਸੀ ਉਹਨਾਂ ਦੀਆਂ, ਦੁਕਾਨਾਂ ਸੀਗੀਆਂ, ਦੁਕਾਨਾਂ ਸੀਗੀਆਂ। ਅੱਛਾ, ਅਤੇ ਦੁਕਾਨਾਂ ਮੁਸਲਮਾਨਾਂ ਦੀਆਂ ਵੀ ਸੀ ਉੱਥੇ ਜਾਂ ਨਹੀਂ? ਜਾਂ ਨਾਲ ਸ਼ਹਿਰ ਸੀ ਤਲਵਣ ਜੇ ਪੜ੍ਹਦੇ ਸੀ, ਉੱਥੇ ਮੁਸਲਮਾਨ ਵੀ ਜ਼ਿਆਦਾ ਸੀ ਅਤੇ ਹਿੰਦੂ ਵੀ ਜ਼ਿਆਦਾ ਸੀ, ਕੋਈ ਦੋ ਚਾਰ ਘਰ ਸਿੱਖਾਂ ਦੇ ਵਿੱਚ ਸੀ। ਅੱਛਾ, ਹਾਂਜੀ, ਠੀਕ ਹੋ ਗਿਆ, ਪੁਰਾਣਾ ਸ਼ਹਿਰ ਸੀ ਉਹ, ਹੈ ਜੀ ਉੱਥੇ। ਅੱਛਾ, ਅਤੇ ਤੁਹਾਡੇ ਪਿੰਡ ਦੇ ਵਿੱਚ ਮਸਜਿਦ ਸੀਗੀ, ਮਸੀਤ ਸੀਗੀ? ਮਸਜਿਦ ਸੀ, ਸਾਰੇ ਮਸਜਿਦ, ਤਾਂ ਮੁਸਲਮਾਨ ਜ਼ਿਆਦਾ ਸੀ ਨਾ। ਹਾਂਜੀ, ਸਾਡਾ ਜਿਹੜਾ ਅੰਗਰੇਜ਼ੀ ਇਲਾਕਾ ਸੀਗਾ, ਸਹੀ, ਅਸੀਂ ਬੱਕਰਾ ਛਤਰਾ ਕੋਈ ਸਭ ਖਾ ਸਕਦੇ ਸੀ। ਅੱਛਾ, ਜਿਹੜਾ ਅੰਗਰੇਜ਼ੀ ਇਲਾਕੇ ਤੋਂ ਬਾਅਦ ਸੀਗਾ ਉਹ ਗਾਹ ਨਹੀਂ ਕਰ ਸਕਦਾ, ਰਿਆਸਤ ਦੇ ਵਿੱਚ ਕਿਹੜਾ ਸੀ, ਉਹ ਗਾਹ ਨਹੀਂ ਕਰ ਸਕਦਾ ਸੀ। ਅੱਛਾ, ਤੇ ਤੁਹਾਡੇ ਨੰਬਰਦਾਰ ਕੌਣ ਸੀਗਾ ਤੁਹਾਡੇ ਪਿੰਡ ਦਾ? ਹਾਂਜੀ, ਨੰਬਰਦਾਰ ਨੱਥਾ, ਨੱਥਾ ਚੌਹਾਨ ਸੀਗਾ ਜਾਂ ਕੌਣ ਸੀਗਾ? ਉਹ ਗੁੱਜਰ, ਗੁੱਜਰ ਸੀ। ਅਤੇ ਕਿੰਨੀਆਂ ਨੰਬਰਦਾਰੀਆਂ ਸੀਗੀਆਂ, ਕੋਈ ਪਤਾ ਹੀ ਕਿੰਨੀਆਂ ਉੱਥੇ ਹੋ ਗਈਆਂ, ਕਿੰਨੀਆਂ? ਬੜਾ ਪਿੰਡ ਸੀ ਤੁਹਾਡਾ? ਹੈਂ? ਵੱਡਾ ਪਿੰਡ ਸੀਗਾ? ਵੱਡਾ ਪਿੰਡ ਤਾਂ ਸੀ, ਜਿਹਦਾ ਆਪਣਾ 54 ਵਾ ਜਾਂ 53 ਨਾ, ਉਹ 53 ਬਹੁਤ ਵੱਧ ਗਿਆ, ਸਹੀ ਹੈ, ਉਦੋਂ ਛੋਟੇ ਛੋਟੇ ਪਿੰਡ ਸੀ, ਛੋਟੇ ਪਿੰਡ ਸੀਗੇ। ਅੱਛਾ, ਤੁਸੀਂ ਚੌਹਾਨ ਸੀਗੇ, ਗੁੱਜਰ ਵੀ ਸੀ, ਹੋਰ ਕੌਣ ਬਰਾਦਰੀਆਂ ਕਿਹੜੀਆਂ ਮੁਸਲਮਾਨਾਂ ਦੀਆਂ? ਰਾਈ ਵੀ ਸੀ ਜੀ। ਅੱਛਾ, ਠੀਕ ਹੋ ਗਿਆ। ਅੱਛਾ, ਤੁਸੀਂ ਜਲੰਧਰ ਸ਼ਹਿਰ ਕਦੇ ਗਏ ਸੀਗੇ? ਮੈਂ ਆਪਣੇ ਬਾਪ ਦੇ ਨਾਲ ਗੁਰਮਹਿਲ ਗਿਆ, ਉਹ ਦੇਖਿਆ, ਨਕੋਦਰ ਸੀ ਇੱਕ, ਉਹ ਸੀਗਾ ਪਠਾਣਾ ਦਾ, ਉੱਥੇ ਵੀ ਗਿਆ ਮੈਂ ਆਪਣੇ ਬਾਪ ਦੇ ਨਾਲ। ਅੱਛਾ, ਅਤੇ ਨਕੋਦਰ ਵੀ ਮੈਨੂੰ ਅਬਾਈ ਜੀ ਗਿਆ ਸੀ, ਜਿਸ ਵੇਲੇ ਰੌਲਾ ਗੌਲਾ ਜ਼ਿਆਦਾ ਪੈ ਗਿਆ ਵਾ, ਉਸ ਵੇਲੇ ਮੈਂ ਜਲੰਧਰ ਦੇਖਿਆ। ਅੱਛਾ, ਤੁਸੀਂ ਜਲੰਧਰ ਇਮਾਮ ਨਾਸਰ ਦਾ ਉੱਥੇ ਮਜ਼ਾਰ ਹੈਗਾ ਵਾ ਹੁਣ ਵੀ? ਹਾਂਜੀ। ਉਹ ਕਦੀ ਉੱਥੇ ਗਏ ਤੁਸੀਂ? ਨਹੀਂ। ਅਤੇ ਆਪਣਾ ਨਕੋਦਰ ਜਿਹੜਾ ਸੀ, ਨਕੋਦਰ ਸਾਡਾ ਕੰਪ ਨਕੋਦਰ ਸੀ, 3 ਮਹੀਨੇ ਨਕੋਦਰ ਹੀ ਰਹੇ ਕੰਪ ਵਿੱਚ, ਕੈਂਪ ਦੇ ਵਿੱਚ। ਅੱਛਾ, ਠੀਕ। ਅੱਛਾ, ਅਤੇ ਉੱਥੇ ਫਸਲਾਂ ਜ਼ਮੀਨ ਨਾ ਕਿਹੜੀਆਂ ਸੀ, ਨਹਿਰੀ ਸੀ ਕਿ ਚਾਹੀ ਸੀ? ਨਹਿਰੀ ਵੀ ਕੋਈ ਸੀ, ਜਿਹੜਾ ਇਲਾਕਾ ਨਾ ਸਾਡਾ ਸੀਗਾ, ਇਹਦੇ ਖੂਹ ਚੱਲਦੇ ਸੀ, ਖੂਹ ਚੱਲਦੇ ਚਾਹੀ ਸੀਗੇ। ਅਤੇ ਫਸਲਾਂ ਕਿੱਦਾਂ ਹੁੰਦੀਆਂ ਸੀਗੀਆਂ? ਫਸਲਾਂ ਖੂਹ ਦੇ ਜਿਹੜੇ ਲੋਕ ਸੀ
ਇਹਨਾਂ ਦੇ ਕਿਸੇ 4 ਕਿੱਲੇ ਸੀ, ਕਿਸੇ 5 ਕਿੱਲੇ ਸੀ, ਵੱਡੇ ਵੱਡੇ ਮਾਲਕ ਨਹੀਂ ਸੀ ਉੱਥੇ, ਅਤੇ ਉਹਨਾਂ ਦੇ ਖੂਹ ਲਾਏ ਸੀ ਆਪਣੇ ਆਪ ਨੇ, ਅਤੇ ਉਹ ਖੂਹ ਦੇ ਫਸਲ ਜਿੰਨੇ ਉਹਨਾਂ ਦੀ ਜ਼ਮੀਨ ਸੀ ਉਨੇ ਵਾਹੀ ਬੀਜ ਕਰਦੇ ਸੀ, ਵਾਹੀ ਚੰਗੀ ਕਰਦੇ ਸੀ, ਚੰਗੀ ਕਰਦੇ ਠੀਕ ਹੋ ਗਏ। ਅੱਛਾ ਹੁਣ ਆਪਾਂ ਆਉਂਦੇ ਹਾਂ ਕਿ ਪਾਕਿਸਤਾਨ ਦਾ ਕਦੋਂ ਐਲਾਨ ਹੋਇਆ ਬਣਨ ਦਾ, 1947 14 ਅਗਸਤ ਜਾਂ 15 ਅਗਸਤ ਨੂੰ ਐਲਾਨ ਹੋ ਗਿਆ ਕਿ ਪਾਕਿਸਤਾਨ ਬਣ ਗਿਆ ਜੀ। ਅੱਛਾ ਕਦੋਂ ਪਾਕਿਸਤਾਨ ਬਣ ਗਿਆ ਫਿਰ ਉੱਥੇ ਕੀ ਹੋਇਆ ਜੀ? ਜਿਸ ਵੇਲੇ ਪੈ ਗਿਆ ਰੌਲੇ ਪਾਕਿਸਤਾਨ ਜਾਣਾ, ਫਿਰ ਆਸੇ ਪਾਸੇ ਦੇ ਪਿੰਡ ਸਾਡੇ ਜਿਹੜੇ ਮੁਸਲਮਾਨਾਂ ਦੇ ਸੀ ਉਹ ਆਪਣੀਆਂ ਛੱਡ ਕੇ ਥਾਵਾਂ ਅਤੇ ਕੰਪ 'ਚ ਆ ਗਏ। ਅੱਛਾ ਕੈਂਪ ਕਿੱਥੇ ਲੱਗਿਆ ਹੋਇਆ ਸੀ? ਨਕੋਦਰ ਕੈਂਪ, ਨਕੋਦਰ ਲੱਗਿਆ 3 ਮਹੀਨੇ ਜਿਹਾ। ਤੁਹਾਡੇ ਪਿੰਡ ਦੇ ਮੁਸਲਮਾਨ ਕਿਹੜੇ ਆ ਉਹ ਸਹੀ ਸਲਾਮਤ ਉਸ ਕੈਂਪ 'ਚ ਆ ਗਏ? ਸਹੀ ਸਲਾਮਤ ਨਹੀਂ ਆਏ। ਅੱਛਾ ਜੀ, ਜਿਸ ਵੇਲੇ ਆਏ ਨਾ ਕੁਛ ਰਸਤੇ ਵਿੱਚ ਆ ਰਿਹਾ ਸੀ ਅਤੇ ਸਿੱਖਾਂ ਨੇ ਕੁਛ ਕਤਲੇਆਮ ਵੀ ਕੀਤੀ। ਅੱਛਾ, ਕੁਛ ਸਾਨੂੰ ਰੌਲਾ ਪੈ ਗਿਆ ਵੀ ਲਿਆ ਵੀ ਫਲਾਣੇ ਬੰਦੇ ਪੜ੍ਹ ਛੱਟੇ। ਉਸ ਵੇਲੇ ਅਸੀਂ ਸੁਣਦੇ ਸੀ ਨਾ ਵੀ ਯਾਰ ਫਲਾਣੇ ਉਹ ਮਾਰੇਗਾ, ਯਾਰ 2-3 ਬੰਦੇ ਲੋਕਾਂ ਨੇ ਵੱਢੇ ਉਹਨਾਂ ਨੇ, ਅਤੇ ਉੱਥੇ ਆ ਗਏ। ਫਿਰ ਜਿਹੜੇ ਸਾਡੇ ਕੋਲ ਹਥਿਆਰ ਸੀ ਸਾਡੇ ਕੋਲ ਸੋਟਾ ਗੋਟਾ, ਉਹਨਾਂ ਨੇ ਮਿਲਟਰੀ ਨੇ ਆ ਕੇ ਲੈ ਲਿਆ। ਅੱਛਾ, ਇਹ ਬਗੈਰ ਹਥਿਆਰੋਂ ਹੋ ਗਏ। ਫਿਰ ਜਿਹੜੀ ਕਣਕ ਕੁਣਕ ਰਾਤ ਨੂੰ ਚੋਰੀ ਲਾਉਂਦੇ ਸੀ, ਖੁਰਾਕ ਤਾਂ ਕੋਈ ਨਹੀਂ ਸੀ ਨਾ, ਵੀ ਸ਼ਹਿਰ ਸੀ ਨਹੀਂ ਸੀ ਉਹ, ਜਦੋਂ ਪਿੰਡ ਵਿੱਚ ਜਾਂਦੇ ਸੀ ਰਾਤ ਨੂੰ ਉਹ ਕਣਕਾਂ ਕੁਣਕਾਂ ਪਈਆਂ ਸੀ ਉਹ ਚੁੱਕ ਕੇ ਲੈ ਆਉਂਦੇ ਸੀ। ਅੱਛਾ, ਤੁਹਾਡੇ ਕਿਹੜੇ ਸੀਗੇ ਮਹਾਜਰ ਹੋ ਗਏ ਤੁਸੀਂ ਕੈਂਪਾਂ 'ਚ ਸੀ, ਬੰਦੇ ਕਿਹੜੇ ਮੁਸਲਮਾਨ ਸੀਗੇ ਉਹ ਰਾਤ ਨੂੰ ਜਾਂਦੇ ਸੀ ਪਿੰਡ ਆਪਣੇ ਪਿੰਡ, ਉੱਥੋਂ ਜਾ ਕੇ ਕਣਕ ਕੁਣਕ ਲੈ ਆਉਂਦੇ, ਕਣਕ ਕੁਣਕ ਲੈ ਆਉਂਦੇ ਸੀ, ਚੋਰੀ ਛੱਪੀ ਉਹ ਫਿਰ ਚੱਕੀ ਚੱਕੀਆਂ ਸਾਡੇ ਕੋਲ ਹੈਗੀਆਂ ਸੀ, ਤੂੰ ਮੇਰੀ ਚੱਕੀ ਪੀਲੀ, ਮੈਂ ਤੇਰੀ ਚੱਕੀ ਪੀਲੀ, ਆਪਦੀ ਰੋਟੀ ਪਾਣੀ ਦਿੰਦੇ ਖਾਂਦੇ। ਅੱਛਾ, ਕੋਈ ਸਮਾਨ ਸਮੂਨ ਆਪਣਾ ਤੁਸੀਂ ਕੋਈ ਉੱਥੋਂ ਕੋਈ ਲੈ ਕੇ ਆ ਸਕੇ ਜਾਂ ਨਹੀਂ? ਨਹੀਂ, ਸਮਾਨ ਇੱਦਾਂ ਕਿ ਜਿਸ ਵੇਲੇ ਅਸੀਂ ਆ ਰਹੇ ਸੀ ਕਿਸੇ ਗੱਡੀਆਂ ਦੇ ਲੱਦਿਆ, ਕਿਸੇ ਕੋਈ ਲੱਦਿਆ, ਜਿਸ ਵੇਲੇ ਕਤਲੇਆਮ ਸ਼ੁਰੂ ਹੋਈ ਤਾਂ ਜਾਨਾਂ ਨਹੀਂ ਬਚ ਗਈਆਂ। ਬੜ ਬੜੰਗ ਸਾਡੀ ਗੈਸ ਸੁਣਦੇ ਨਾ, ਅਸੀਂ ਆਪਣੇ ਬਾਪ ਦੇ ਸਾਡੇ ਬਾਪ ਨੇ ਪੜ੍ਹੇ ਸੀ, ਅਸੀਂ 2 ਪਾਏ ਸੀ, ਅਤੇ ਜਦੋਂ ਕਤਲੇਆਮ ਹੋਈ ਸੀ ਉਹਦੇ ਉੱਤੋਂ ਹੀ ਚੜ੍ਹ ਕੇ ਆਏ ਲਾਸ਼ਾਂ ਦੇ ਉੱਤੋਂ ਦੀ ਜੀ, ਲਾਸ਼ਾਂ ਇੰਨੀਆਂ ਲਾਸ਼ਾਂ ਪਈਆਂ ਸੀ, ਔਰ ਇੱਕ 2 ਮਾਈਆਂ ਵੀ ਸੀ ਉਹ ਦੇਖ, ਮੈਂ ਉਹ ਤਲਵਾਰਾਂ 'ਚ ਲੱਗੀਆਂ ਸੀ, ਖੂਨ ਖਰਚੇ ਬਹੁਤ ਜਾ ਰਿਹਾ ਸੀ, ਇੱਕ ਦੀਆਂ ਟੁੱਡੀ ਕਰਤੀ, ਬਾਂਹ ਕਿਸੇ ਕਰਤੀ, ਉਸ ਚੀਜ਼ਾਂ ਜਾ ਰਹੇ ਸੀ, ਉਹਨਾਂ ਨੂੰ ਸਿਰਫ ਇਹ ਪਏ ਸੀ ਵੀ ਅਸੀਂ ਬਚ ਜਾਈਏ, ਬਚ ਜਾਈਏ। ਅੱਛਾ, ਕਿਹੜੇ ਦੂਸਰੇ ਭਾਈ ਸੀ ਤੁਹਾਡੇ, ਉਹਨਾਂ ਦਾ ਕੀ ਨਾਂ ਸੀ? ਅਸ਼ਾਕ। ਉਹ ਵੱਡੇ ਸੀ ਕਿ ਛੋਟੇ ਸੀ ਤੁਹਾਡੇ? ਛੋਟੇ ਸੀ ਤੁਹਾਡੇ ਤੋਂ। ਅੱਛਾ ਅੱਛਾ, ਫਿਰ ਕੈਂਪ 'ਚ ਹੋਰਾਂ ਪਿੰਡਾਂ ਦੇ ਲੋਕ ਵੀ ਉੱਥੇ ਨਕੋਦਰ ਆ ਗਏ, ਅਤੇ 3 ਮਹੀਨੇ ਰਿਹਾ ਫਿਰ ਤੁਹਾਡਾ ਕੈਂਪ ਉੱਥੇ? ਸਾਡਾ 3 ਮਹੀਨੇ ਕੰਮ ਹੀ ਰਿਹਾ। ਅੱਛਾ, ਅਤੇ ਫਿਰ ਗੱਡੀ ਜਿਹੜੀ ਆਉਂਦੀ ਸੀ ਨਾ ਉਹਨਾਂ ਦਾ ਡੋਗਰਾ ਜਿਹੜਾ ਸੀ, ਡੋਗਰਾ ਆਪਣੇ ਫੌਜੀ ਉਹ ਉਸਦੇ ਰਖਵਾਲੇ ਸੀ। ਅੱਛਾ, ਕਿਤੇ ਵੜ ਵਡਾਂਗਾ ਵੀ ਕਰਾ ਦਿੰਦੇ ਸੀ, ਅਤੇ ਕਿਤੇ ਪਾਕਿਸਤਾਨ ਜਿੰਨੇ ਬੰਦੇ ਇੱਥੇ ਲਿਆਉਂਦੇ ਸੀ ਨਾ ਇੱਧਰੋਂ ਉਹਨੇ ਜਾਂਦੇ ਸੀ। ਸਹੀ, ਠੀਕ ਹੋ ਗਿਆ। ਇਸ ਵੇਲੇ ਸਾਨੂੰ ਕੋਈ ਥਾਂ ਨਾ ਲੱਭੇ, ਫਿਰ ਮੇਰਾ ਆਬਾ ਜੀ ਸੀ ਪੁਲਿਸ ਵਿੱਚ ਸੀ, ਉਹ ਸਿੰਘਾਪੁਰ ਮੁਲਾਇਆ 'ਚ ਆਇਆ ਸੀਗਾ, ਅਤੇ ਉਹਨੂੰ ਸਾਨੂੰ ਸੋਚਿਆ ਵੀ ਆਪਾਂ ਕਿੰਨਾ ਜਾਈਏ, ਇੱਕ ਗੱਡੀ ਖੜੀ ਗੜੇ ਗੜਾ ਨਾਲ ਸੀ ਨਾ। ਅੱਛਾ, ਉਸ ਗੱਡੀ ਦੇ ਵਿੱਚ ਇੱਕ ਪਈ ਆਪਣੀ ਕੁੜੀ ਆਵੇ ਦੀਆਂ ਛਿਤਗਿਰੀਆਂ ਇੱਕ ਪਾਸੇ, ਉਹ ਮੇਰੇ ਆਬੇ ਨੇ ਕੱਟ ਕੇ ਨਾ ਉਹਦੇ ਜਿੱਥੇ ਜੁੜੀਆਂ ਹੋਣੀਆਂ ਉੱਥੇ ਜਾ ਕੇ। ਅੱਛਾ, ਸਾਨੂੰ ਉੱਥੇ ਬਿਠਾ ਦਿੱਤਾ। ਅੱਛਾ ਜੀ, ਹੋਰ ਉੱਤੇ ਵੀ ਦੁਨੀਆਂ ਛੱਤਾਂ 'ਤੇ ਵੀ ਸੀ, ਲਟਕੇ ਸੀ, ਬਹੁਤ ਬੁਰੀ ਹਾਲਤ ਸੀ। ਜਿਸ ਵੇਲੇ ਅਸੀਂ ਜਲੰਧਰ ਦੇ ਪਿੱਛੇ ਗੱਡੀ ਤੁਰੀ ਹੈ ਸਾਡੀ,
ਖਤਰਾ ਸੀ ਬਹੁਤ ਵੀ ਇਹ ਪਾਕਿਸਤਾਨੀ ਜਾਸਾ ਜੀ ਅਤੇ ਇੱਕ ਮੁਸਲਮਾਨ ਆਇਆ। ਅੱਛਾ ਜੀ, ਫੌਜੀ ਉਹਨੇ ਕਿਹਾ ਮੇਰੇ ਬਾਪ ਨੂੰ ਪੁੱਛਿਆ ਇੱਥੇ ਬੈਠ ਕੇ ਆਏ ਆ? ਮੇਰੇ ਬਾਪ ਨੇ ਆਖਿਆ ਜੀ ਹਾਂ ਜੀ ਇੱਥੇ ਬੈਠ ਕੇ। ਉਹਨੇ ਆਖਿਆ ਇੱਥੇ ਤੁਹਾਡੇ ਬੱਚੇ ਹੀ ਮਾਰ ਸਣਗੇ। ਅੱਛਾ, ਅਤੇ ਅਬੀ ਮੇਰੇ ਨੇ ਕਹੀ ਉੱਤੇ ਛੱਤ ਭਰੀ ਵੀ ਉੱਤੇ ਤਾਂ ਕੋਈ ਬਹਿਣ ਨਹੀਂ ਦਿੰਦਾ, ਅਸੀਂ ਕਦੇ ਜਾਈਏ? ਉਹਨੇ ਫਿਰ ਉਹ ਬੰਦਿਆਂ ਨੂੰ ਐਂ ਕਰਕੇ ਨਾ ਸਾਨੂੰ ਉੱਥੇ ਬਿਠਾ ਦਿੱਤਾ। ਅੱਛਾ ਜੀ, ਛੱਤ ਦੇ ਠੀਕ ਹੋ ਗਿਆ ਕੋਈ ਬੱਚੇ ਦੀ ਨਾ ਹੀ ਹੋ ਜਾਏ। ਲੰਦਰ ਆਏ ਉੱਥੇ ਵੀ ਕਹਿੰਦੇ ਜੀ ਬੜਬੜੰਗਾ ਹੋ ਜਾਣਾ, ਉੱਥੋਂ ਵੀ ਬਚ ਗਏ। ਅੱਛਾ, ਅੰਮ੍ਰਿਤਸਰ ਦੇ ਪਿੱਛੇ ਬੜਬੜੰਗਾ ਹੋਇਆ, ਗੱਡੀ ਆ ਰਹੀ ਸੀ ਉਹਨੇ ਕਹੀ ਜਿਹੜੀ ਪਿੱਛੇ ਗੱਡੀ ਗਈ ਨਾ ਉਹ ਕਤਲੇਆਮ ਸ਼ੁਰੂ ਹੋ ਗਈ, ਜਾਨਾਂ ਦੀ ਪੈ ਗਈ ਆਪਣੇ ਆਪਣੇ। ਅਸੀਂ ਅੱਲਾਹ ਤਾਲਾ ਨੇ ਬਚਪਨ 'ਚ ਆ ਕੇ ਕੁਛ ਮਰੇ ਕੋਈ ਜੀਪ ਹੈ, ਅਸੀਂ ਗੋਜਰੇ ਆ ਗਏ। ਉੱਥੋਂ ਤੁਸੀਂ ਜਲੰਧਰ ਤੋਂ ਚੱਲੇ ਅਤੇ ਤੁਹਾਡੀ ਟ੍ਰੇਨ ਕਿਹੜੀ ਆ? ਗੋਜਰੇ, ਗੋਜਰੇ ਆ ਕੇ ਲਾਹੌਰ ਆਏ ਨਾ। ਲਾਹੌਰ ਕਹਿਣ ਲੱਗੇ ਜੀ ਹੁਣ ਆਪਣਾ ਆ ਗਿਆ ਜੀ ਪਾਕਿਸਤਾਨ ਬਾਰਡਰ 'ਤੇ, ਹਾਂ ਕੁਛ ਉੱਥੇ ਉਤਰ ਗਏ ਲੋਕ, ਕੁਛ ਗੋਜਰੇ ਆ ਕੇ ਉਤਰੇ। ਅੱਛਾ, ਇੱਥੇ ਸਾਨੂੰ ਮਕਾਨ ਲੱਭ ਗਿਆ ਬੜੇ ਸਵਾਦੀ ਪੱਕੇ ਗੋਜਰੇ ਸ਼ਹਿਰ 'ਚ। ਹਾਂ, ਅੱਛਾ ਜਿਹੜਾ ਸੀ ਨਾ ਉਹ ਅਫਸਰ ਸੀ ਉਹ ਹਿੰਦੁਸਤਾਨ ਦਾ ਸੀ। ਅੱਛਾ ਜੀ, ਇੱਥੇ ਨਾਨਾ ਰਹਿੰਦਾ ਸੀ ਮੇਰਾ ਵਕਤ 'ਚ, ਇੱਥੇ ਕਿੱਥੇ ਉਣੰਜਾ 'ਚ। ਅੱਛਾ, ਪਹਿਲੇ ਪਹਿਲਾਂ ਉਹ ਲੱਭ ਜਾਣ ਪਾਇਆ ਸਾਨੂੰ ਚਲੇ ਗਏ। ਅੱਛਾ ਜੀ, ਛੱਡੋ ਜੀ ਘਰੇ ਮਰ ਜਾਣਾ ਜੀ ਪੈਣਾ ਕਰਨਾ ਜੀ, ਸਾਨੂੰ ਉਹ ਤੂਤ ਆ ਗਿਆ ਸੀ ਲਿਆ ਗੋਜਰੇ ਤੋਂ ਤੁਹਾਨੂੰ ਇੱਥੇ ਲੈ ਉਕਾੜੇ ਲੈ ਆਂਦਾ 52 ਤੁਰ ਕੇ। ਅੱਛਾ, ਸਾਡੇ ਕੋਲ ਕੀ ਸੀ ਉਹ ਉੱਤੇ ਲੈਣ ਪਾਉਣ ਵਾਲੀ ਚੀਜ਼ਾਂ? ਜਦ ਇੱਥੇ ਆ ਗਿਆ ਸੀ ਸਾਨੂੰ ਕੋਈ ਮਕਾਨ ਨਹੀਂ ਲੱਭਾ, ਕਿਉਂਕਿ ਦੁਨੀਆਂ ਇੱਥੇ ਆ ਕੇ ਉਹਨਾਂ ਨੇ ਜੇ ਥੋੜ੍ਹੇ ਬਹੁਤ ਮਕਾਨ ਸੀ ਸਿੱਖਾਂ ਨੇ ਰੋਕ ਲਏ, ਅਸੀਂ ਬਹੁਤ ਤੰਗ ਆਏ। ਅੱਛਾ, ਬੜ ਗਏ ਥਾਂ 'ਤੇ, ਅਸੀਂ ਉੱਥੇ ਆਪਦਾ ਇਹਨਾਂ ਦਾ ਕੋਠੜਾ ਜਾਂ ਮਾੜਾ ਜਿਹਾ ਪਾ ਕੇ ਬਹਿ ਗਏ। ਅੱਛਾ ਜੀ, ਮਾੜਾ ਮੋਟਾ ਦਿਨ ਉੱਥੇ ਪਾਸ ਕੀਤੇ। ਅੱਛਾ ਜੀ, ਫਿਰ ਮੇਰੇ ਬਾਪ ਦੇ ਬੇਲੀ ਕੋਲ ਮੇਰੇ ਪੈ, ਮੈਂ ਕਿਹਾ ਜੀ ਇਹ ਆਪਣਾ ਤੁਸੀਂ ਕਿੱਧਰ ਹੋ? ਮੈਂ ਕਿਹਾ ਇੱਧਰ ਰਹਿੰਦੇ ਹਾਂ। ਉਹਨੇ ਆਖਿਆ ਇਹਦਾ ਥਾਂ ਸੀਗਾ ਇਹ, ਫਿਰ ਅਲਾਟਮੈਂਟ ਕਰਵਾ ਕੇ ਅਸੀਂ ਉਸ ਵਕਤ ਫਿਰ ਅਸੀਂ ਇਹ ਥਾਂ ਰੋਕਿਆ। ਅੱਛਾ, ਫਿਰ ਮੈਂ ਆਪਣੀ ਸੂਰਤ ਵਿੱਚ ਇਹ ਮਾਲਕਾਂ ਨਾਲ ਹੱਕੂ ਕਰਾਇਆ। ਅੱਛਾ ਜੀ, ਹੁਣ ਮੈਂ ਅੱਛਾ ਫਿਰ ਪਾਕਿਸਤਾਨ ਗੋਜਰੇ ਤੋਂ ਤੁਹਾਡਾ ਨਾਨਾ ਜੀ ਇੱਥੇ ਲੈ ਆਏ, ਇੱਥੇ ਆ ਕੇ ਤੁਸੀਂ ਵੀ ਆਪਣੀ ਤਾਲੀਮ ਦਾ ਸਿਲਸਿਲਾ ਸ਼ੁਰੂ ਕੀਤਾ ਜਾਂ ਕੀ ਕੀਤਾ? ਮੈਂ ਪੜ੍ਹਨ ਲੱਗ ਪਿਆ। ਅੱਛਾ ਜੀ, ਸਕੂਲ ਵਿੱਚ? ਸਕੂਲ ਤੁਹਾਡੇ 49-12 ਸੀਗਾ ਜਾਂ ਉਕਾੜੇ ਹੁੰਦੇ ਸੀ? ਨਹੀਂ ਨਹੀਂ, 32-12 ਸੀਗਾ। ਅੱਛਾ, ਕਿਉਂਕਿ ਇੱਥੇ 4-5 ਜਮਾਤਾਂ ਸਕੂਲ। 32-12 ਕਿਹੜਾ ਵਾ? ਬਾਊ ਰਜਬ ਅਲੀ ਦਾ ਪਿੰਡ ਨਹੀਂ ਗਾ, ਇੱਕ ਸ਼ਾਇਰ ਬਹੁਤ ਮਸ਼ਹੂਰ? ਹਾਂ ਜੀ। ਅੱਛਾ, ਉੱਥੇ ਅਸੀਂ ਮੈਂ ਲੱਗ ਗਿਆ। ਅੱਛਾ, ਉੱਥੇ ਮੈਂ ਪਾਸ ਕੀਤੇ ਕੋਈ 10 ਜਮਾਤਾਂ ਹੋ ਗਈਆਂ। ਅੱਛਾ ਜੀ, ਫਿਰ ਉਹ ਰੱਬ ਸੀ ਬਹੁਤ ਗਰੀਬੀ ਦਾ ਸੀਗਾ, ਕਿਉਂਕਿ ਦੁਨੀਆਂ ਸੀ ਗੁਰਮਤ ਜਾ ਰਹੇ ਸੀ। ਫਿਰ ਪੜ੍ਹਾਈ ਮੇਰੀ ਬੰਦ ਹੋ ਗਈ, ਪੜ੍ਹਾਈ ਹੋ ਗਈ, ਫਿਰ ਮੈਂ ਅੱਲਾਹ ਪਾਕ ਨੇ ਮੇਰੀ ਸੁਣ ਲਈ, ਮੇਰੀ ਸਿਹਤ ਮੈਂ ਠੀਕ ਸੀ, ਮੈਂ ਪੁਲਿਸ ਵਿੱਚ ਹੋ ਗਿਆ, ਪੰਜਾਬ ਪੁਲਿਸ 'ਚ ਵੀ। ਅੱਛਾ, ਅਫਸਰ ਨੇ ਮੇਰੀ ਦੀਦ ਕਰਨ ਦਾ ਪੁਲਿਸ ਵਿੱਚ ਚਲਾ ਗਿਆ, ਉੱਥੇ ਮੇਰੇ 7 ਸਾਲ ਦੀ ਸਰਵਿਸ ਸੀ। ਅੱਛਾ, ਲਾਹੌਰ ਮੈਂ ਚਲਾ ਗਿਆ, ਲਾਹੌਰੋਂ ਬਦਲੀ ਹੋ ਕੇ ਮੇਰੀ ਥਾਣੇ ਸ਼ਬੂਰ ਆ ਗਿਆ। ਅੱਛਾ, ਅਤੇ ਇੱਥੇ ਆਇਆ ਅਤੇ ਉਸ ਵਿੱਚ 200 ਰੁਪਈਆ ਤਨਖਾਹ ਸੀ। ਅੱਛਾ, ਪੀਰ ਦੇ ਹੋਣ ਲੱਗੇ ਮੇਰੀ ਈਦ, ਉਹਨੇ ਕਿਹਾ ਮੈਂ ਤੈਨੂੰ ਨਹੀਂ ਕਰਨਾ, ਕਿਉਂ ਤੂੰ ਹਰਾਮ ਖਾਨਾ,
ਉਹ ਮੈਂ ਕਿਹਾ ਜੀ ਹਰਾਮ ਕਾਹਦਾ ਘੰਟੇ ਲਿਆ ਸੀ, 200 ਰੁਪਈਆ ਤਨਖਾਹ ਸਾਰੀ, ਹਰਾਮ ਕਾਹਦਾ ਇੱਥੇ ਚੁਆਨੀ ਹੋ ਜਾਈ ਮੇਰੇ ਹਿੱਸੇ ਦੀ ਕੁਟਕੁਟਾਪੇ ਦੀ। ਉਹਨੇ ਕਿਹਾ ਦੋ ਜੇਗਾਂ ਧਰ ਲਓ, ਮੈਂ ਸੂਰ ਦਾ ਬਾਲ ਛੱਡ ਲਓ, ਕਿਸੇ ਖਾਣਾ ਨਹੀਂ। ਅਗਲਾ ਆਜ਼ਾਬ ਬੜਾ, ਉਹਨੇ ਮੈਨੂੰ ਰੁਆ ਰੁਆ ਮਾਰਤਾ। ਕਿਹਨੇ ਰੁਆਇਆ ਜੀ? ਪੀਰ ਨੇ। ਅਗਲਾ ਅਗਲਾ ਆਜ਼ਾਬ ਬੜਾ ਸਖ਼ਤ। ਪੀਰ ਦਾ ਨਾਂ ਕੀ ਸੀਗਾ? ਹਾਂਜੀ ਅਜਮਲ ਸ਼ਾਹ। ਅਜਮਲ ਸ਼ਾਹ ਕਿੱਥੋਂ ਦਾ ਰਹਿਣ ਵਾਲਾ ਸੀ? ਚਨੋਟ ਦਾ। ਚਨੋਟ ਦਾ ਸੀਗਾ। ਅਤੇ ਮੈਂ ਕਿਹਾ ਜੀ, ਫਿਰ ਮੈਂ ਕਿਹਾ ਛੱਡ ਦਿੱਤੀ ਨੌਕਰੀ, ਛੱਡ ਲਿਖਦਾ ਮੈਂ। ਮੈਨੂੰ ਅਫਸਰ ਪੁੱਛਣਗੇ, ਕਿਸੇ ਅਫਸਰ ਨੇ ਤੈਨੂੰ ਧਮਕਾਇਆ ਛਮਕਾਇਆ ਤਾਂ ਗੱਲ ਕਰ। ਮੈਂ ਕਹਿੰਦਾ ਜੀ ਮੈਂ ਜਿਹੜਾ ਦਿਲ ਚੱਲ ਗਿਆ ਵੀ ਹਰਾਮ ਆ ਇਹ। ਅੱਛਾ। ਫਿਰ ਮੈਂ ਕਿਹਾ ਵੀ ਹੁਣ ਕੀ ਕਰਾਂ, ਮੇਰਾ ਜੀ ਅੱਬਾ ਜੀ ਵੀ ਨਾਰਾਜ਼ ਹੋਏ। ਪੀਰ ਸਾਹਿਬ ਨੇ ਨਹੀਂ ਦੱਸਿਆ ਵੀ ਆਹ ਛੱਡ ਦੇ ਤਾਂ ਕੰਮ ਕਰ? ਕਿਹੜਾ? ਕਿਹੜੇ ਤੁਹਾਡੇ ਪੀਰ ਸਾਹਿਬ ਸੀਗੇ ਜਿਨ੍ਹਾਂ ਦੇ ਤੁਸੀਂ ਮੁਰੀਦ ਹੋਏ ਸੀ? ਉਹਨੇ ਦੱਸਿਆ ਨਾ ਵੀ ਤੂੰ ਨੇਕ ਕੰਮ ਕਰ, ਨੇਕ ਦੀ ਲਾ। ਅੱਛਾ। ਫਿਰ ਮੈਂ ਸੋਚਿਆ ਵੀ ਹੁਣ ਕੀ ਕਰਾਂ। ਆਪਣੇ ਉਕਾੜੇ ਸੀ ਅਲਵੀ ਸਾਹਿਬ, ਹਕੀਮ ਸੀ, ਸਦਰ ਸੀ ਇਹਨਾਂ ਦੀ, ਹਕੀਮਾਂ ਦੀ। ਮੈਂ ਉਹਨਾਂ ਨਾਲ ਮੁਲਾਕਾਤ ਕਰ ਲਈ। ਉਹਨਾਂ ਦਾ ਨਾਂ ਕੀ ਸੀ ਭਲਾ? ਅਲਵੀ ਸਾਹਿਬ ਦਾ ਨਾਂ ਅਲਵੀ ਸਾਹਿਬ। ਉਹਨਾਂ ਦੀ ਆੜਤ ਵੀ ਸੀ? ਮਨੀਰ ਅਹਿਮਦ। ਆੜਤ ਵੀ ਸੀ ਉਹਨਾਂ ਦੀ ਕਿ ਨਹੀਂ? ਮਨੀਰ ਅਹਿਮਦ। ਮੈਂ ਕਿਹਾ ਉਹਨਾਂ ਦੀ ਆੜਤ ਵੀ ਸੀ ਕਿ ਨਹੀਂ? ਨਹੀਂ। ਅੱਛਾ, ਠੀਕ ਹੋ ਗਿਆ। ਉਹ ਜਾਂ ਮੇਰੇ ਉਹਨਾਂ ਕਿ ਮੈਂ ਕਿਹਾ ਉਸਤਾਦ ਜੀ ਗੱਲ ਸੁਣੋ, ਮੈਨੂੰ ਕਿਹਾ ਤਿੰਬੀਆ ਕਲਾਸ 'ਚ ਲਾਓ, ਇੱਥੇ ਮੈਂ ਕੀ ਕਰਾਂਗਾ ਪ੍ਰਾਈਵੇਟ, ਪੂਨੀਆ ਖੰਡੀ ਕੁੱਟੀ ਜਾਵਾਂਗੇ। ਉਹਨਾਂ ਨੇ ਮੈਨੂੰ ਜਨਾਬ ਜੀ ਬਾਲਪੁਰ ਲਾ ਦਿੱਤਾ ਤਿੰਬੀਆ ਕਾਲਜ 'ਚ। ਅੱਛਾ। ਉੱਥੇ ਉਹਨਾਂ ਮੈਂ ਦੱਸਿਆ ਵੀ ਮੈਂ ਕਿ ਪੁਲਿਸ ਵਿੱਚ ਵੀ ਨਹੀਂ ਆ, ਅਤੇ ਮੈਂ ਨਫਸਿਆਤ ਕੋਈ ਜਾਣਦਾ, ਨਫਸਿਆਤ ਮੈਂ ਉੱਥੇ ਸਿੱਖੀ ਆ, ਨਫਸਿਆਤ ਮੈਂ ਪੁਲਿਸ ਵਿੱਚ ਸਿੱਖੀ ਆ। ਹਾਂਜੀ, ਉਹਨਾਂ ਜੋ ਗੱਲਾਂ ਬਹੁਤ ਸੁਣਾਈਆਂ। ਉਹਦਾ ਬਾਬਾ ਸੀਗਾ ਆਪਣਾ ਪ੍ਰੋਫੈਸਰ, ਉਹ ਬੁੱਢਾ ਸੀਗਾ, ਮਹਿਬੂਬ ਅਲੀ ਸ਼ਾਹ। ਅੱਛਾ। ਉਹਦਾ ਅਸੀਂ ਪੁੱਤਰ ਸਹਿਮ ਅਲੀ ਸ਼ਾਹ, ਮੈਂ ਬੁੱਢੇ ਦੀ ਰੱਤਾਂ ਕੁੱਟਣਾ ਪਿਆ ਬਾਬੇ ਦੀਆਂ, ਫਿਰ ਤੁਰੋ ਪਾਣਾ ਨੜਾ ਦੇਣਾ। ਉਹਨੇ ਕਿਹਾ ਪੁੱਤਰ ਗੱਲ ਸੁਣ, ਕਿਤਾਬਾਂ ਦੀ ਵਾਰ ਬੁੰਡ, ਕਿਤਾਬਾਂ ਤਾਂ ਪੜ੍ਹੀਆਂ ਹੀ ਬਾਬਾ, ਪੜ੍ਹੀ ਜਾਂਦਾ ਤੂੰ ਡੈਰੀਆਂ ਲਿਆ। ਮੈਂ ਡੈਰੀਆਂ ਲਈਆਂ, ਉਹ ਡੈਰੀਆਂ ਸਸਤੀਆਂ ਸੀ, ਮੈਨੂੰ ਅੱਜ ਵੀ ਮੈਂ ਰੋ ਸਾਹਿਬ ਕਰਨ ਵਾਲੀ ਡੈਰੀ 'ਤੇ ਮੈਨੂੰ ਲੈ ਕੇ ਇਹ ਲੈ ਜਾਂਦੇ ਆ। ਉਹ ਡੈਰੀਆਂ ਭਰੇ ਸ਼ੁਰੂ ਕੀਤੀਆਂ, ਹੁਣ ਮੈਂ ਕੋਈ ਤੁਹਾਨੂੰ ਦਿਖਾਉਣਾ ਪੈਣਾ। ਮੈਨੂੰ ਖੇਡ ਤਾਂ ਲਿਆ ਐਫ ਆਈ ਆਰ ਕਈ, ਡੈਰੀਆਂ ਮੈਂ ਐਡੀਆਂ ਲਿਖਦਾ ਸੀ। ਅੱਛਾ। ਦੇਖੋ ਇੱਥੇ ਜਿਹੜੇ ਉਕਾੜੇ ਪੂਰੀ ਵਿੱਚ ਮੈਂ ਫਿਰ ਕਾਰਡ ਦੇਣ ਲੱਗ ਪਿਆ। ਅੱਛਾ। ਕਾਰਡ ਮੈਂ ਪੂਰੇ ਇੱਥੇ ਸਾਰਿਆਂ ਨੂੰ ਦਿੱਤੇ। ਅੱਜ ਦੇਖੋ ਗੌਰ ਹੁਣ ਮੇਰੀ ਕਰਨ ਤੁਸੀਂ, ਪੁਲਿਸ ਵਿੱਚ ਸੀ ਮੇਰੀ ਸਿਹਤ, ਦੇਖੋ ਠੀਕ ਆ। ਫਿਰ ਜਦੋਂ ਮੈਂ ਛੱਡ ਗਿਆ ਸੀ ਨਾ, ਫਿਰ ਮੈਂ ਰਜ਼ਾ ਕਰਨ ਦਾ ਅਫਸਰ ਹੋ ਗਿਆ, ਰਜ਼ਾਕਾਰ ਪੁਲਿਸ। ਅੱਛਾ। ਲਓ ਉਹਦੇ ਵਿੱਚ ਵੀ ਹੋ ਗਿਆ, ਮੈਂ ਦੋ ਵੀ ਕੰਮ ਕਰਨ ਲੱਗ ਪਿਆ, ਮੈਂ ਉਹਨਾਂ ਨੂੰ ਪ੍ਰੇਰਿਤ ਕਰਾਉਂਦਾ ਰਿਹਾ। ਅੱਛਾ। ਇਹ ਜਿਹੜੀ ਇਹ ਚਨੋਟ ਮੇਰਾ ਕੀ ਬੈਠਾ ਆਪਣੇ ਸਬਾਤ, ਮੈਂ ਇਹਨਾਂ ਨਾਲ ਵੀ ਸੈਰ ਕਰਨ ਲੱਗ ਪਿਆ। ਅੱਛਾ। ਪੜ੍ਹ ਲਓ ਮੇਰੀ ਤਸਵੀਰਾਂ ਆਉਣ ਤੋਂ ਬਾਅਦ, ਕਾਰਡ ਦੇਖੋ। ਹਾਂਜੀ, ਸਹੀ ਹੈ, ਠੀਕ ਆ। ਅਤੇ ਇਹਦੇ ਦੇਖੋ, ਇਹ ਮੇਰੀਆਂ ਹੈਗੀਆਂ ਜਦੋਂ ਕਾਨਫਰੰਸ ਹੁੰਦੀ ਸੀ ਸਾਡੀ ਹਕੀਮਾਂ ਦੀ, ਇਹ ਪੜ੍ਹੋ, ਪ੍ਰੋਫੈਸਰ ਸਾਹਿਬ ਬੈਠੀ ਪੜ੍ਹ ਜੇ, ਠੀਕ ਆ, ਇਹ ਵੀ ਪੜ੍ਹੋ। ਜੇ ਕੋਈ ਅਫਸਰ ਦਾ ਮੈਂ ਇਲਾਜ ਕਰਦਾ ਸੀਗਾ ਤਾਂ ਮੈਂ ਕਹਿੰਦਾ ਸੀਗਾ ਸ਼ਫਾ ਅੱਲਾ ਨੇ ਦੇਣੀ ਆ,
ਮੈਨੂੰ ਕਾਰਡ ਦੇਣਾ ਪਵੇਗਾ, ਲਿਖਣਾ ਪਵੇਗਾ ਕਾਪੀ 'ਤੇ, ਮੈਂ 6 ਡੈਡੀਆਂ ਭਰਾਈਆਂ ਇਹਨਾਂ ਲੋਕਾਂ ਦੀਆਂ, ਆਹ ਦੇਖੋ ਇਹਨਾਂ ਗੌਰ ਕਰੋ ਠੀਕ ਹੈ ਜੀ। ਅਤੇ ਇਹਦੇ ਵੀ ਹੁਣ ਦੇਖਣਾ, ਇੱਥੇ ਪੜ੍ਹਨਾ ਬੜਾ ਔਖਾ ਹੀ, ਉਹ ਇਹ ਮੈਂ ਅੰਨਾ ਬੁਰਾ ਨਹੀਂ, ਹੱਥ ਕਿਲਕੀ ਰਹੇ ਜ਼ਿੰਦਗੀ ਕੀ ਭਰਪੂਰ ਅਕਾਸ਼ੀ ਕਰਤੀ ਹੈ, ਹੱਥ ਕਿਲਕੀ ਰਹੇ ਜ਼ਿੰਦਗੀ ਕੀ ਭਰਪੂਰ ਅਕਾਸ਼ੀ ਕਰਤੀ ਹੈ, ਸਾਇੰਸਦਾਨੋਂ ਨੇ ਦਰਸ਼ਨਾਸੋ ਕੇ ਦਾਅਵੇ ਸੱਚ ਸਾਬਤ ਕਰ ਦਿੱਤੇ, ਉਹਨੇ ਕਹੀ ਛੋਟੇ ਰਹਿਣ ਵਾਲਾ ਜਲਦੀ ਮਰ ਜਾਂਦਾ। ਮੈਂ ਇਹ 5 ਸਾਲ ਨਾਲ ਕੋਰਸ ਕੀਤਾ। ਅੱਛਾ, ਅਗਰ ਕੋਈ ਹਕੀਮ ਨਫਸਿਆਤ ਨਹੀਂ ਪੜ੍ਹ ਸਕਦਾ ਤਾਂ ਉਹ ਕਿਵੇਂ ਨਹੀਂ ਬਣ ਸਕਦਾ, ਅਗਰ ਨਬੇ ਦੀ ਤਹਿਰੀਰ ਜਾਣਦਾ ਕਿ 40-70-72 ਜੀ ਆ ਗਾਈ ਗੱਲ, ਉਹ ਇੱਕ ਫਨ ਹੈ। ਅਗਰ ਤੁਸੀਂ ਚਿਹਰਾ ਦੇਖ ਕੇ ਮਰਦ ਨਹੀਂ ਪਹਿਚਾਣਦੇ, ਰਾਜ ਕਾਹਦਾ ਕਰਨਾ। ਅੱਛਾ, ਫਿਰ ਤੁਸੀਂ ਹਿਕਮਤ ਕਰਨ ਲੱਗ ਪਿਆ ਜੀ? ਫਿਰ ਮੈਂ ਹਿਕਮਤ ਕਰਨ ਲੱਗ ਪਿਆ। ਅੱਛਾ, ਹਿਕਮਤ ਵਿੱਚ ਮੇਰੀ ਪ੍ਰੋਫੈਸਰ ਨੇ ਬਹੁਤ ਬਾਂਹ ਫੜੀ, ਮੈਂ ਡੈਰੀ ਵੀ ਲਿਖਣੀ ਸ਼ੁਰੂ ਕਰਤੀ। ਅੱਛਾ, ਫਿਰ ਮੈਂ ਤਜਰਬਾ ਸ਼ੁਰੂ ਕਰਤਾ, ਫਿਰ ਮੈਂ ਇੱਕ ਇਮਾਨਦਾਰੀ 'ਤੇ ਚੱਲਿਆ, ਮੈਂ ਮਹਿੰਗਾ ਲਵਾਂ ਜਾਂ ਕੋਈ ਸਸਤਾ ਲਾਉਂਦਾ ਸੀਗਾ, ਮੈਂ ਕੋਈ ਦਵਾ ਦਾਰੂ ਝੂਠ ਨਹੀਂ ਮਾਰਦਾ ਸੀਗਾ, ਝੂਠ ਮੈਂ ਅਜਮੇ ਨਹੀਂ ਮਾਰਦਾ। ਹੁਣ ਤੁਸੀਂ ਡਾਕਟਰ ਕੋਲ ਜਾਓ, ਜਨਾਬ ਨੰਬਰ ਦੀ ਸੁਸਤੀ ਹੋ ਗਈ ਆ, ਕੁਕੁਰ ਦੀ ਮਾਂ ਦੀ ਵੜ ਗਈ ਡਿਵੋਰਸ ਸੁਸਤੀ, ਹੁਣ ਇਹ ਸਹੀ ਹੋ ਜਾਣਾ, ਹੁਣ ਸਹੀ ਹੋ ਜਾਣਾ, ਟੈਸਟੋਬਰੋਨ ਟੀਕਾ ਲਓ, ਟੈਸਟੋਬਰੋਨ ਅਕਬਾਲ ਮਾਨ ਲਾਓ, ਇਹੋ ਲਾਉਣਾ ਜਾਂ ਅਕਬਾਲ ਮਾਨ। ਮੈਂ ਤੁਹਾਡੇ ਕੋਲੋਂ ਪੁੱਛਦਾ, ਮੈਨੂੰ ਨਹੀਂ ਪਤਾ ਕਿਹੜੇ ਟੀਕੇ ਲਾ ਦੇ ਕੀ ਹੁੰਦਾ। ਅੱਛਾ ਅੱਛਾ, ਹਾਂਜੀ ਸੁਣ ਲਓ, ਇਹ ਲਾਉਂਦੇ ਆ। ਅੱਛਾ ਜੀ, ਸਾਡੇ ਜਿਹੜੇ ਸੀ 3 ਕਿਸਮ ਦੀ ਮਰਜ਼ੀ ਆ, ਅਸੀਂ ਸਮਝਦੇ ਵੀ ਕਿਸੇ ਕਿਹੜੇ ਨੰਬਰ ਦੀ ਹੋਈ ਜਾਣੀ। ਅੱਛਾ ਅੱਛਾ, ਹਕੀਮ ਸਾਹਿਬ ਗੱਲ ਆ ਵਾ, ਕਿਹੜੀ ਹੈਗੀ ਨਾ ਤੁਹਾਡੀ ਹਿਕਮਤ, ਉਹ ਤਾਂ ਮੈਂ ਤੁਹਾਨੂੰ ਮੰਨ ਲਿਆ ਵੀ ਤੁਸੀਂ ਹਕੀਮ ਹੈਗੇ ਪੂਰੇ। ਆਪਾਂ ਗੱਲਾਂ ਕਰਦੇ ਪਏ ਹੈਗੇ ਹਾਂ ਕਿ ਪਾਕਿਸਤਾਨ ਤੋਂ ਪਹਿਲੇ ਜਿੱਦਾਂ ਤੁਸੀਂ ਜ਼ਿੰਦਗੀ ਗੁਜ਼ਾਰੀ, ਉੱਥੇ ਤੁਸੀਂ ਛੋਟੇ ਜਿਹੇ 13-14 ਸਾਲਾਂ ਦੇ ਸੀ, ਪਾਕਿਸਤਾਨ 'ਚ ਆ ਗਏ, ਮੁਸ਼ਕਿਲਾਂ ਨਾਲ ਗੋਜਰੇ ਕਰ ਲਿਆ, ਉੱਥੋਂ ਨਾਨਾ ਲੈ ਆਇਆ, ਇੱਥੇ ਵੀ ਤੁਹਾਨੂੰ ਘਰ ਨਹੀਂ ਮਿਲਿਆ, ਫਿਰ ਤੁਸੀਂ ਘਰ ਇਲਾਜ ਕਰਾਇਆ, ਪੈਸੇ ਤਾਰੇ, ਫਿਰ ਬਣ ਗਿਆ ਤੁਸੀਂ ਹਕੀਮ, ਪੁਲਿਸ ਤੋਂ ਹਿਕਮਤ 'ਚ ਆ ਗਏ ਜੀ, ਪੀਰ ਸਾਹਿਬ ਦੇ ਕਹਿਣ 'ਤੇ ਜੀ। ਅੱਛਾ, ਹੁਣ ਦੇਖੋ ਨਾ ਕਿ ਤੁਸੀਂ ਹਕੀਮ ਬਣ ਗਏ ਜੀ, ਮਾਸ਼ਾਅੱਲਾ, ਤੁਹਾਡੀ ਉਮਰ ਕਿਹੜੀ ਹੈ ਇਸ ਵਕਤ? 80 ਸਾਲ ਤੋਂ ਉੱਤੇ ਹੀ ਹੈ ਜੀ, ਜ਼ਿਆਦਾ ਹੈਗੀ ਆ। ਤੁਸੀਂ ਹੁਣ ਕੀ ਮਹਿਸੂਸ ਕਰਦੇ ਆ, ਕਦੋਂ ਉੱਥੇ ਰਹਿੰਦੇ ਸੀਗੇ ਪਾਕਿਸਤਾਨ ਬਣਨ ਤੋਂ ਪਹਿਲਾਂ? ਅੱਛਾ, ਪਾਕਿਸਤਾਨ ਬਣਨ ਤੋਂ ਪਹਿਲਾਂ ਕਦੋਂ ਇੰਡੀਆ 'ਚ ਰਹਿੰਦੇ ਸੀ ਜੀ, ਉਦੋਂ ਕਿੱਦਾਂ ਠੀਕ ਸੀਗਾ ਕਿ ਹੁਣ ਇੱਥੇ ਆ ਕੇ ਕੀ ਮਹਿਸੂਸ ਕਰਦੇ ਆ? ਉੱਥੇ ਜੀ ਜੋ ਅਸੀਂ ਆਪਣੇ ਬਾਪ ਦੇ ਸਿਰ 'ਚ ਐਸ਼ ਕਰਦੇ ਸੀ, ਉਸ ਵੇਲੇ ਰੁਪਈਏ ਸਿਰ ਤਾਂ ਗੋਸ਼ਤ ਸੀ, ਠੀਕ ਹੋ ਗਿਆ, ਹਰੇਕ ਸ਼ਹਿਰ ਸਸਤੀ ਸੀ, 5 ਰੁਪਈਏ ਸਿਰ ਘੇ ਸੀਗਾ, ਖੰਡ ਬਿਲਕੁਲ ਸਸਤੀ, ਕੋਈ ਹੋਇਆ ਸੀ ਪੈਸੇ ਸ਼ੱਕ ਥੋੜ੍ਹੇ ਸੀ ਨਾ, ਲੋਕ ਆਰਾਮ ਨਾਲ ਖਾਂਦੇ ਸੀ ਰੋਟੀ ਪਾਣੀ, ਮੈਂ ਗਿਆ ਹੀ ਕੋਈ ਨਹੀਂ ਸੀ। ਫਿਰ ਇੱਕ ਦੂਜੇ ਤੇ ਕਰਦੇ ਸੀ, ਪਿਆਰ ਕਰਦੇ ਸੀ ਦੁਨੀਆ, ਇੱਥੇ ਹੁਣ ਪਿਆਰ ਕੋਈ ਨਹੀਂ ਕਰਦਾ, ਨਾ ਕੁਛ ਇਹ ਕਰਦਾ ਨਾ ਪਿਆਰ ਕਰਦਾ। ਨਹੀਂ ਆ ਦੇਖੋ ਨਾ, ਰਾਓ ਸਾਹਿਬ ਕੋਲ ਤੁਸੀਂ ਬੈਠੇ ਆ, ਪਿਆਰ ਦੀ ਗੱਲ ਹੀ ਆ ਨਾ। ਨਹੀਂ ਇਹ ਤਾਂ ਹੋ ਗਿਆ ਨਾ, ਮੈਂ ਗੱਲ ਕਰਨਾ, ਉਹ ਜ਼ਮਾਨਾ ਸਾਡਾ ਚੰਗਾ ਸੀਗਾ, ਅਗਰ ਤੁਸੀਂ ਨਾ ਰੋਟੀ ਖਾਂਦੇ ਹੋ ਤਾਂ ਦੂਜਿਆਂ ਕਹਿਣਾ ਡਾਲਾ ਰੋਟੀ ਖਾ ਲਾ, ਉਹ ਦੁਨੀਆ ਖਿੱਚ ਕੇ ਲੈ ਆਉਂਦੀ ਸੀ, ਹੁਣ ਉਹ ਜ਼ਮਾਨਾ ਨਹੀਂ ਰਹਿ ਗਿਆ, ਇਹ ਘਰ ਹਾਂਡੀ ਪੱਕਦੀ ਕਹਿਣਾ ਸੀ ਚਲੋ ਉੱਥੋਂ ਹੀ ਖਾ ਲਾ। ਅੱਛਾ, ਦੇਖੋ ਕੈਮਰੇ ਵੱਲ ਦੇਖੋ, ਰਾਓ ਸਾਹਿਬ ਨਾਲ ਤੁਸੀਂ ਰੋਜ਼ਾਨਾ ਬੈਠ ਕੇ ਗੱਪਸ਼ਪ ਲਾਉਂਦੇ, ਉਹ ਸਾਹਮਣੇ ਕਿਹੜਾ ਕੈਮਰਾ ਨਾ ਜੀ, ਹਾਂਜੀ ਉੱਧਰ ਦੇਖੋ। ਅਤੇ ਅੱਛਾ, ਹੁਣ ਤੁਸੀਂ ਪੈਗਾਮ ਦਿਓ, ਉੱਥੇ ਕਿੱਥੇ ਤੁਸੀਂ ਰਹਿੰਦੇ ਸੀਗੇ ਇੰਡੀਆ 'ਚ, ਜਿਹੜੇ ਪਿੰਡ 'ਚ, ਉਹ ਜਿਹੜੇ 2 ਘਰ ਕਰਾੜਾਂ ਦੇ ਜਾਂ ਹਿੰਦੂਆਂ ਦੇ ਸੀ, ਜਿਨ੍ਹਾਂ ਦੀਆਂ ਹੱਟੀਆਂ ਸੀਗੀਆਂ, ਉਹਨਾਂ ਦੇ ਬੱਚੇ ਤੁਹਾਡੇ ਨਾਲ ਕੋਈ ਪੜ੍ਹਦੇ ਹੋਣਗੇ ਜਾਂ ਨਾ ਕੋਈ?
ਜ਼ਿਆਦਾ ਬੱਚੇ ਸਾਡੇ ਤਲਵਣ ਸ਼ਹਿਰ ਜਿਹੜੇ ਅਸੀਂ ਪੜ੍ਹਦੇ ਸੀ ਨਾ, ਉੱਥੇ ਸਕੂਲ 'ਚ ਜ਼ਿਆਦਾ ਬੱਚੇ ਹਿੰਦੂਆਂ ਦੇ। ਅੱਛਾ, ਠੀਕ ਹੈ ਨਾ। ਜਿਹੜੇ ਪਿੰਡ ਸੀ ਨਾ, ਕਈਆਂ ਪਿੰਡਾਂ ਵਿੱਚ ਹਿੰਦੂ ਜ਼ਿਆਦਾ ਸੀ। ਨਹੀਂ ਨਹੀਂ, ਆਪਾਂ ਤਾਂ ਤੁਹਾਡੇ ਪਿੰਡ ਦੀ ਗੱਲ ਕਰਦੇ ਹਾਂ। ਸਾਡੇ ਪਿੰਡ ਦੋ ਘਰ ਸੀ। ਚਲੋ ਠੀਕ, ਉਹਨਾਂ ਨੂੰ ਸਲਾਮ ਦੁਆ ਦੇ ਦਿਓ। ਉਹਨਾਂ ਨੂੰ ਸਲਾਮ ਦੁਆ, ਜੇ ਜ਼ਿੰਦਾ ਕੋਈ ਉਹਨਾਂ 'ਚੋਂ ਹੈਗਾ ਤਾਂ। ਜਿੰਦਾ ਕਿੱਥੋਂ ਹੋਣਾ ਸੀ, ਸਾਲ ਦੋਵੇਂ ਮਰ ਮੁਰ ਗਏ। ਤੁਸੀਂ ਹਕੀਮ ਸਾਹਿਬ ਮਾਸ਼ਾਅੱਲਾ ਜ਼ਿੰਦਾ ਵਾ ਨਾ ਤੁਸੀਂ। ਅੱਛਾ ਜੀ, ਇਸੇ ਤਰ੍ਹਾਂ ਹੀ ਤੁਹਾਡੇ ਨਾਲ ਦੇ ਉੱਧਰ ਜ਼ਿੰਦਾ ਹੋ। ਇਦਾਂ ਕਰੋ, ਮੈਨੂੰ ਉੱਥੋਂ ਲੈ ਜਾਓ, ਕਾਟਕੋਟ ਮੈਂ ਹਿੰਦੁਸਤਾਨ ਚ ਜਾਵਾਂ, ਉਹਨਾਂ ਨੂੰ ਮਿਲ ਜਾਵਾਂ। ਅੱਛਾ, ਆ ਦੇਖੋ ਨਾ, ਉਹਨਾਂ ਨੂੰ ਸਲਾਮ ਦੁਆ ਕਰੋ, ਉਹਨਾਂ ਨੂੰ ਉਹਨਾਂ ਨੂੰ ਵੀ ਦੋਸਤੋ ਗੱਲ ਸੁਣ ਲਓ। ਮੈਂ ਬੈਠਾ ਰਾਓ ਸਾਹਿਬ ਕੋਲ, ਮੈਂ ਪਾਕਿਸਤਾਨ ਚ ਬੈਠਾ, ਮੇਰਾ ਦਿਲ ਕਰਦਾ ਮੈਂ ਤੁਹਾਨੂੰ ਜੱਫੀ ਪਾ ਕੇ ਆ ਕੇ ਮਿਲਾਂ। ਕੀ ਬਾਤ ਹੈ, ਆਪਣੇ ਦੋਸਤਾਂ ਨੂੰ। ਹਾਂ ਹਾਂ, ਮੈਂ ਤੁਹਾਡੇ ਨਾਲ ਪਿਆਰ ਕਰਾਂ, ਮੈਨੂੰ ਯਾਦ ਤੁਹਾਡੀ ਆਉਂਦੀ, ਰੋਣਾ ਹੁੰਦਾ। ਮੈਂ ਆਪਣੇ ਵਤਨ ਨੂੰ ਫੇਰ ਵੀ ਰੋਣਾ, ਦੇਸ਼ ਯਾਦ ਆਉਂਦਾ ਮੈਂ ਯਾਦ ਆਉਂਦਾ। ਅੱਛਾ, ਤੁਸੀਂ ਆਪਣੇ ਘਰ ਜੇ ਅਸੀਂ ਹੁਣ ਤੁਹਾਨੂੰ ਕਹੀ ਹਕੀਮ ਸਾਹਿਬ, ਹਕੀਮ ਮੁਸ਼ਤਾਕ ਸਾਹਿਬ ਨੂੰ ਵੀ ਚਲੋ ਆਪਾਂ ਚੱਲੀਏ ਤੁਹਾਡੇ ਉੱਥੇ, ਰਾਜੋ ਰਾਜੋ ਨਾ। ਹਾਂ ਜੀ। ਅੱਛਾ, ਰਾਜੋ ਅਨਾਰ ਸਿੰਘ, ਰਾਜੋ ਉੱਥੇ ਚੱਲੀਏ ਤਾਂ ਤੁਸੀਂ ਆਪਣਾ ਘਰ ਲੱਭ ਲਓਗੇ ਤੁਸੀਂ ਉੱਥੇ? ਹੁਣ ਤਾਂ ਲੱਭ ਨਹੀਂ ਸਕਦੇ। ਨਹੀਂ, ਵੈਸੇ ਨਿਸ਼ਾਨੀ ਹੋ ਗਈ, ਉਹਦਾ ਨਿਸ਼ਾਨੀ ਤਾਂ ਹੈ ਨਾ, ਦਿਮਾਗ ਚੜਨਾ ਵੀ ਅਸੀਂ ਇੱਥੋਂ ਜਾਂਦੇ ਸੀ, ਇੱਥੇ ਜਾਂਦੇ ਸੀ। ਕਿੱਥੇ ਕਰਕੇ ਸੀ ਤੁਹਾਡਾ ਪਿੰਡ, ਪਿੰਡ 'ਚ ਕਿੱਥੇ ਘਰ ਸੀਗਾ ਤੁਹਾਡਾ? ਸਾਡਾ ਸਾਡੇ ਚੌਂਕ 'ਚ ਘਰ ਸੀ ਹਿੰਦੁਸਤਾਨ 'ਚ। ਤੁਹਾਡੇ ਗੁਆਂਢੀ ਕੌਣ ਕੌਣ ਸੀਗੇ ਜੀ? ਤੁਹਾਡੇ ਹਮਸਾਏ ਕੌਣ ਸੀਗੇ ਗੁਆਂਢੀ ਸਾਡੇ? ਹਾਂ, ਸਾਡੇ ਕੁਝ ਚੌਣਾਂ ਦੇ ਘਰ 6 ਸੀ ਉੱਥੇ। ਅੱਛਾ, ਇਕੱਠੇ ਇਕੱਠੇ ਸੀ, ਇਕੱਠੇ ਇਕੱਠੇ ਸੀ। ਹਾਂ, ਨਾਲ ਭਾਈ ਰਾਈਆਂ ਦੇ ਸੀ ਘਰ। ਅੱਛਾ, ਗੁਜਰਾਂ ਦੇ ਵੀ ਘਰ ਸੀ। ਹਾਂ ਜੀ, ਅਤੇ ਸਾਡੇ ਕੋਈ ਹੋਰ ਐਸੀ ਬਰਾਦਰੀ ਨਹੀਂ ਸੀ, ਸਾਡੇ ਘਰ ਪਿੰਡ ਵਿੱਚ ਦੋ ਸੀ ਉਹ ਹਿੰਦੂ। ਅੱਛਾ, ਚਲੋ ਉਹ ਆਪਾਂ ਗੱਲ ਨਹੀਂ ਕੀਤੀ ਕਿ ਕਿਹੜੇ ਬਾਕੀ ਗੁੱਜਰ ਰਾਈ ਡੋਗਰ ਵੀ ਸੀ। ਡੋਗਰ ਵੀ ਹੈਗੇ ਲੋਕ। ਇਹ ਬਾਕੀ ਤੁਹਾਡੇ ਪਿੰਡ ਦੇ ਲੋਕ ਕਿੱਥੇ ਜਾ ਕੇ ਆਬਾਦ ਹੋਏ? ਜਿਸ ਵੇਲੇ ਅਸੀਂ ਉੱਥੋਂ ਆ ਗਏ ਨਾ, ਪਹਿਲੇ ਤਾਂ ਕੁਛ ਤਾਂ ਇਕੱਠੇ ਸੀ ਨਾ, ਜਦੋਂ ਅਸੀਂ ਗੋਇਰੇ ਆਏ, ਠੀਕ ਹੋ ਗਿਆ। ਫਿਰ ਉਹ ਕੋਈ ਤਾਂ ਅੱਡ ਹੀ ਜਾ ਉੜਿਆ, ਕੋਈ ਕਿਤੇ ਜਾ ਉੜਿਆ। ਹੈ ਜੀ, ਲਈਏ ਗੁੱਜਰ ਗਏ ਜਾਂ ਰਾਈ ਗਏ? ਕੋਈ ਸਮਝ ਆਉਂਦੀ, ਕੋਈ ਗੁੱਜਰ ਚਲੇ ਗਿਆ, ਕੋਈ ਰਾਈ, ਕਿਸੇ ਕਿਸੇ ਥਾਂ ਮਿਲਿਆ ਉਹਨਾਂ ਨੂੰ, ਉੱਥੇ ਬਹਿ ਗਿਆ ਉਹ। ਅਸੀਂ ਹਲੇ ਇੱਥੇ ਆ ਗਏ, ਸਾਨੂੰ ਕੋਈ ਥਾਂ ਵੀ ਨਾ ਮਿਲੇ, ਸਹੀ, ਕਿਉਂਕਿ ਲੋਕਾਂ ਨੇ ਰੋਕ ਲਿਆ ਸੀ। ਫਿਰ ਅਸੀਂ ਤਾਂ ਬੜੇ ਪਰੇਸ਼ਾਨ। ਚਲੋ, ਕਿ ਖੈਰ ਤੁਸੀਂ ਪਰੇਸ਼ਾਨੀ ਨਾ ਕਰ, ਤੁਹਾਨੂੰ ਮਿਲ ਗਿਆ। ਕਦੀ ਹੁਣ ਰਾਬਤਾ ਹੋਇਆ ਉਹਨਾਂ ਨਾਲ? ਉਹ ਖਾਨਦਾਨ ਕਿਹੜੇ ਉੱਥੋਂ ਤੁਹਾਡੇ ਪਿੰਡ ਦੇ ਰਹਿਣ ਵਾਲੇ ਸੀ, ਪਾਕਿਸਤਾਨ ਕਿੱਥੇ ਆਏ ਆ? ਕੋਈ ਉਹ ਸਾਨੂੰ ਸਿਆਣ ਹੀ ਨਹੀਂ ਸਕਦੇ, ਨਹੀਂ ਪਤਾ ਕੌਣ ਕਿੱਥੇ ਚਲਾ ਗਿਆ ਨਾ, ਕਿਉਂਕਿ ਉਹ ਸਿਆਣ ਸਕਦੇ ਇੱਦਾਂ। ਉਦੋਂ ਅਸੀਂ ਬੱਚੇ ਸੀ। ਅੱਛਾ, ਇੱਥੋਂ ਮੈਂ ਚੱਲਿਆ ਨਾਈ ਵਾਲੇ ਬੰਗਲੇ, ਇੱਕ ਮੈਂ ਸੀ ਗੁਜਰਾਂ ਦੀ। ਅੱਛਾ, ਉਹਨਾਂ ਨੇ ਮੈਨੂੰ ਕਿਤੇ ਕਢਾਇਆ ਸੀਗਾ, ਸਹੀ ਹੈ, ਹਿੰਦੁਸਤਾਨ 'ਚ। ਇੱਕ ਉਹ ਤਾਂ ਉਹਦੇ ਨਾਲ ਇੱਕ ਬੱਚੀ, ਗੱਡੀ 'ਚ ਅਸੀਂ ਬੈਠੇ, ਗੱਡੀ 'ਚ ਜਾਣਾ ਨਾਈ ਵਾਲੇ ਬੰਗਲੇ। ਅੱਛਾ ਜੀ, ਉਹ ਮਾਈ ਕਰੀ ਪਿੱਛੇ ਮੇਰੇ ਕੋਲ ਆ ਖੜੋ ਜਾਵੇ। ਅੱਛਾ, ਮੇਰੇ ਦੇਖੀ ਜਾਵੇ। ਮੈਂ ਨਾਲ ਦਿਆਂ ਨੂੰ ਆਖਿਆ, ਯਾਰ ਆਪਾਂ ਇੱਥੋਂ ਕਿਸੇ ਹੋਰ ਥਾਂ ਚੱਲੀਏ, ਇਹ ਮਾਈ ਜਿਹੜੀ ਆਉਂਦੀ ਕੋਈ ਉਹਨਾਂ ਫਸਾ ਦੇਵੇ ਆਪਾਂ ਨੂੰ, ਸਹੀ, ਘੜੀ ਫਿਰ ਆਪਣੇ ਕੋਈ ਦੇਖੀ ਜਾਂਦੀ ਦੇਖੀ ਜਾਂਦੀ। ਅਸੀਂ ਹੋਰ ਡੱਬੇ 'ਚ ਵੜ ਗਏ, ਉਹ ਵੀ ਹੋਰ ਕਿਸੇ ਡੱਬੇ 'ਚ ਵੜ ਗਈ। ਅੱਛਾ, ਕਰਦਿਆਂ ਫਿਰ ਆਉਂਦੇ ਨਾਲ ਜਾਈ ਬੰਗਲੇ, ਅਸੀਂ ਉਤਰਨਾ ਸੀਗਾ, ਉਤਰਿਆ ਉਹ ਵੀ ਉਤਰ ਗਏ, ਉਹਨਾਂ ਨੇ ਜਾਣਾ ਗਾਂਹ ਹੀ ਤੱਕ ਨਾਲ ਜਾਈ ਬੰਗਲੇ ਕੋਲ। ਅੱਛਾ ਜੀ, ਮੈਂ ਆਖਿਆ ਪੁੱਛ ਤਾਂ ਲੈ ਨਾਲ ਦਿਨ। ਮੈਂ ਆਖਿਆ, ਮੈਂ ਛੋਟਾ ਸੀ ਵੱਡਾ ਸੀਗਾ, ਮੈਂ ਯਾਰ ਪੁੱਛ ਮਾਈ ਨੂੰ ਕੀ ਕਰਦਾ। ਉਹਨੇ ਕਿਹਾ, ਮਾਈ ਜੀ ਉਸੇ ਵੀ ਤੁਸੀਂ ਭੈਣ ਜੀ ਆ, ਇੱਦਾਂ ਹੀ ਕੋਲ ਅੱਗ ਬਹਿੰਦੇ ਸੀ, ਖੜੇ ਹੁੰਦੇ ਦੇਖਦੇ ਸੀ, ਹੁਣ ਵੀ ਉਹਦੇ ਦੇਖਦੇ ਹਾਂ। ਉਹਨੇ ਕਿਹਾ, ਮੈਂ ਲੜਕੇ ਨੂੰ ਸਿਆਣਦੀ ਹਾਂ, ਇਹ ਬੰਦਿਆਂ ਨੂੰ ਮੋਢੇ ਨੂੰ ਸਿਆਣਦੀ ਹਾਂ, ਇਹਨੂੰ ਮੈਂ ਖੜਾਉਂਦੀ ਨਹੀਂ, ਮੈਨੂੰ ਸ਼ੱਕ ਪੈ ਗਈ ਆ। ਅੱਛਾ, ਉਹ ਜਦੋਂ ਦੱਸਿਆ ਨਾਲ ਦਿਆਂ ਨੇ, ਅਤੇ ਉਹ ਮੈਨੂੰ ਨਾਲ ਲੈ ਕੇ ਜੱਫੀ ਪਾ ਰੋਣ ਲੱਗ ਪਈ। ਅੱਛਾ ਜੀ, ਉਹਨੇ ਜਾਣਾ ਕਿੱਥੇ ਆ? ਮੈਂ ਕਿਹਾ, ਜੇ ਨਾਲ ਵਾਲੇ ਬੰਗਲੇ ਕੋਲ ਇੱਕ ਪਿੰਡ ਆ, ਉੱਥੇ ਜਾਣਾ ਅਸੀਂ। ਉਹਨੇ ਕਿਹਾ, ਮੈਂ ਉੱਥੇ ਤੁਹਾਨੂੰ ਜਾਣ ਦੇਣਾ, ਤੁਸੀਂ ਇੱਥੇ ਚਲੋ ਮੇਰੇ ਨਾਲ। ਉੱਧਰ ਜਾਣਾ ਪਿੰਡ ਸੀਗਾ,
ਉਹ ਸਾਨੂੰ ਦੋਵਾਂ ਨੂੰ ਨਾਲ ਲੈ ਗਈ ਘਰ ਆਪਣੇ। ਉਹਨੇ ਕਿਹਾ ਸਵੇਰੇ ਮੈਂ ਤੁਹਾਨੂੰ ਉੱਥੇ ਗਾਂ ਫੇਰ ਜਾਣ ਦਊਂਗੀ, ਮੈਂ ਸਾਡੇ ਘਰ ਚਲੋ। ਉੱਥੇ ਜਾ ਕੇ ਉਹ ਆਪਣੇ ਉਹਨਾਂ ਦੀ ਇੱਕ ਵੱਡੀ ਵਡੇਰੀ ਵੀ ਹੈਗੀ ਸੀ, ਉਹਨੂੰ ਮੈਨੂੰ ਮਿਲਾਇਆ। ਫਿਰ ਉਹ ਜੋ ਰੋਣ ਲੱਗੀ, ਜੋ ਰੋਣ ਲੱਗੀ, ਮੈਂ ਹੈਰਾਨ ਵੀ ਇੰਨੀ ਮੁਹੱਬਤ ਕਰੀ, ਬੜੀ ਮੁਹੱਬਤ ਸੀ। ਹਾਂਜੀ, ਉਹ ਜ਼ਮਾਨਾ ਮੈਂ ਇਹ ਦੇਖਦਾ ਵੀ ਕਿਸੇ ਕਿਹਾ ਸੀ, ਅਗਰ ਹੁਣ ਦੇਖੀਏ ਤਾਂ ਬੜੇ ਪਰੇਸ਼ਾਨ ਰਹੀ ਦਾ ਲਾਜ ਮੇਰਾ ਜਾਣ ਦਾ, ਵੀ ਉਹ ਕਿਸੇ ਵਕਤ ਆ ਗਿਆ, ਖੁਸ਼ਕ ਲੋਕ ਹੋ ਗਿਆ, ਉਹ ਬਾਤ ਵੀ ਨਹੀਂ ਕਰਦੇ। ਸਾਨੂੰ ਇੱਕੋ ਹੀ ਗੱਲ ਸਮਝਾਈ ਉਸਤਾਦ ਨੇ ਵੀ, ਮਾਂ ਬਾਪ ਨੇ ਵੀ, ਪੁੱਤਰ ਗੱਲ ਸੁਣੋ, ਇਹ ਦੁਨੀਆ ਇੱਕ ਫਾਨੀ ਹੈ, ਇਹ ਸੱਚ ਬੋਲੋ। ਇੱਕ ਇਸਾਈ ਸੀਗਾ ਅਤੇ ਉਹਦੇ ਨਾ ਫਰਜ ਹੋ ਗਿਆ, ਇਸਾਈ ਮੈਂ ਲੰਘਿਆ ਨਾ, ਤੂੰ ਐਂ ਕਰਕੇ ਪਿਆ ਤੇ ਰੋਈ ਜਾਵੇ ਹਾਲ ਹਾਲ ਹਾਲ। ਮੈਂ ਸਾਈਕਲ 'ਤੇ ਜਾਂਦਾ ਸੀ ਇੱਥੇ ਸ਼ਬੋਰ, ਮੈਂ ਆਖਿਆ ਯਾਰ ਕੀ ਹੋ ਗਿਆ? ਉਹਨੇ ਕਿਹਾ ਫਰਜ ਹੋ ਗਿਆ, ਮੇਰੇ ਤਾਂ ਕੋਈ ਮਾਰਸ ਹੀ ਨਹੀਂ ਕਰਦਾ। ਮੈਂ ਕਿਹਾ ਕੱਲ੍ਹ ਨੂੰ ਮੈਂ ਸਾਜਰੇ ਉੱਠੂੰਗਾ ਅਤੇ ਪਹਿਲੇ ਮਾਰਸ ਕਰਾਂਗਾ, ਫਿਰ ਸ਼ਬੋਰ ਜਾਵਾਂਗਾ। ਮੈਂ ਉਹਦੀ ਸਵਾ ਮਹੀਨਾ ਮਾਰਸ ਕੀਤੀ ਇਸਾਈ ਦੀ, ਅਤੇ ਲੋਕ ਕਹਿਣ ਜਾ ਕੇ ਤਾਂ ਇਹਨੂੰ ਇਹਦੇ ਨਾਲ ਕੀ ਮਤਲਬ? ਮੈਂ ਜਦਗੀ ਜੋ ਗੱਲ ਸੁਣੋ, ਬੰਦਾ ਇਹ ਅਗਰ ਕੁੱਤਾ ਵੀ ਹੋਵੇ ਕੋਈ ਹੈ ਤਾਂ ਉਹਦੀ ਵੀ ਕਰਨੀ ਚਾਹੀਦੀ ਹੈ। ਇਹ ਤਾਂ ਫਿਰ ਵੀ ਆਪਣੇ ਪਿੰਡ ਦਾ ਬੰਦਾ, ਕੋਈ ਇਸਾਈ ਹੈ ਨਾ, ਬੰਦਾ ਤਾਂ ਹੈ ਨਾ ਅੱਲਾਹ ਦਾ, ਇਹ ਵੀ ਮੈਂ ਉਹ ਮਾਰਸ ਕੀਤੀ। ਹੁਣ ਮੇਰੀ ਹਕੀਕਤ ਇਹ ਆ, ਦਿਲ ਦੀ ਹਕੀਕਤ ਹੈ ਕਿ ਕੋਈ ਬਿਮਾਰ ਹੁੰਦਾ, ਕੁੱਠਮਾਰ ਹੁੰਦਾ, ਕੋਈ ਗਰੀਬ ਹੁੰਦਾ, ਕੋਈ ਅਮੀਰ ਹੁੰਦਾ, ਮੈਂ ਆਪਣੀ ਸੱਚਾਈ, ਮੈਂ ਆਪਣੀ ਮੁਹੱਬਤ ਨਾਲ ਉਹਦਾ ਕੰਮ ਕਰਦਾ। ਕੋਈ ਮੈਂ ਇਹ ਨਹੀਂ ਕਹਿੰਦਾ ਕਿ ਮੇਰਾ ਖਜ਼ਾਨਾ ਰੁੜ ਜਾਵੇ, ਮੈਂ ਬੋਟੋ ਅਮੀਰ ਬਣ ਜਾਵਾਂ। ਮੈਂ ਕਹਿੰਦਾ ਯਾਰ ਲਾ ਤੂੰ ਬਖਸ਼ਣ ਵਾਲਾ, ਅਤੇ ਤੇਰੀ ਮੈਂ ਰਹਿਮਤ ਮੰਗਦਾ, ਮੈਂ ਇਹਦੀ ਮੁਹੱਬਤ ਕਰਦਾ, ਕੋਈ ਲੈਣ ਦੇਣ ਦੇ ਘੱਟ, ਲੈਣ ਦੇਣ ਦਾ ਮੇਰਾ ਖਿਆਲ ਹੀ ਨਹੀਂ। ਅੱਜ ਮੇਰਾ ਤਜਰਬਾ ਜਿਹੜਾ ਉਹ ਹਾਈ ਜਾ ਰਿਹਾ ਆਪਣੇ ਤਜਰਬੇ ਵਿੱਚ। ਅੱਛਾ, ਹੁਣ ਤੁਸੀਂ 49-12 'ਚ ਰਹਿੰਦੇ ਹੋ ਜੀ? ਅੱਛਾ, ਅਤੇ ਤੁਹਾਡੇ ਬੱਚੇ ਮਾਸ਼ਾਅੱਲਾ ਕਿੰਨੇ ਹੈਗੇ ਆ? ਦੋ ਵਿੱਚ ਕੀ ਕਰਦੇ ਹੈਗੇ ਆ? ਇੱਕ ਬੱਚਾ ਚੱਕੀ ਨੂੰ ਵਗੀ ਦਿੱਤੀ। ਅੱਛਾ, ਇੱਕ ਮਨ ਕੰਨਾਂ ਦੇ ਸਿੱਕੇ ਠੁਕੇ ਲੈਂਦਾ। ਅੱਛਾ, ਠੀਕ ਹੈ, ਮਾਸ਼ਾਅੱਲਾ ਸੈੱਟ ਹੈਗੇ ਆ, ਬੜਾ ਅੱਲਾਹ ਦਾ ਕਰਮ ਆ ਉਹਨਾਂ 'ਤੇ, ਰਹਿਮਤ ਵਾ। ਚਲੋ ਜੀ, ਬਹੁਤ ਮਿਹਰਬਾਨੀ ਹਕੀਮ ਸਾਹਿਬ, ਅੱਲਾਹ ਤੁਹਾਨੂੰ ਸਿਹਤ ਤੰਦਰੁਸਤੀ ਦੇਵੇ ਅਤੇ ਹੱਸਦੇ ਵਸਦੇ ਰਹੋ। ਅਸਲਾਮ ਵਾਲੇਕੁਮ ਜੀ। ਠੀਕ ਹੈ ਜੀ।